ਸੋ ਸੱਤ ਬੇਲਾਪਾ ਗੱਲ ਕਰ ਗਦੇ ਕਿ ਇੱਥੋਂ ਜਦੋਂ ਸੂਰੇ ਜਾਂਦੇ ਉਧਰ ਆਪਾਂ ਦੇਖੇ ਕਿ ਕਈ ਖਬਰਾਂ ਵੀ ਹੁੰਦੀਆਂ ਇੰਸਟਾਗ੍ਰam ਤੇ ਵੀਡੀਓ ਜਾਂਦੀਆਂ ਕਿ ਉਹ ਖੱਪ ਬਹੁਤ ਕਰਦੇ ਆ ਇੱਕ ਮੈਂ ਦੇਖਿਆ ਕੋਈ ਗੱਡੀ ਆਉਂਦੀ ਪਈ ਸੀ ਉਥੇ ਟ੍ਰੇਨ ਤੇ ਉਹਦੇ ਨਾਲ ਹੀ ਇੱਕ ਫੈਂਸ ਬਣੀ ਹੋਈ ਸੀ ਉਹਦੇ ਉੱਤੇ ਕੁੜੀਆਂ ਮੁੰਡੇ ਚੜ੍ਹ ਕੇ ਚੀਕਾਂ ਮਾਰੀ ਜਾਂ ਮੈਨੂੰ ਉਹਨੇ ਬਹੁਤ ਠੱਪੋ ਲਿਆ ਮੈਨੂੰ ਕਹਿੰਦਾ ਤੇਰੀ ਦਾੜੀ ਇੰਨੀ ਚਿੱਟੀ ਹੋ ਗਈ ਆ ਤੇ ਤਾਨੂੰ ਅਜੇ ਤੱਕ ਗੱਡੀ ਕੱਢਣੀ ਨਹੀਂ ਕੈਨੇਡਾ ਵਿੱਚ ਕਿਸ ਤਰ੍ਹਾਂ ਦੇ ਸਬਜੈਕਟ ਹੁੰਦੇ ਆ ਤੁਸੀਂ ਆਪਣੀ ਇਹ ਯੋਗਤਾ ਦੇ ਮੁਤਾਬਕ ਆਪਣੇ ਐਪਟੀਟਿਊਡ ਦੇ ਮੁਤਾਬਕ ਆਈਕਿਊ ਦੇ ਮੁਤਾਬਕ ਤੁਸੀਂ ਸਬਜੈਕਟ ਚੂਜ਼ ਕਰ ਸਕਦੇ ਹੋ ਪਰ ਕੈਨੇਡਾ ਚ ਹਰ ਕਲਾਸ ਚ ਮੈਕਸਿਮਮ 25 ਤੋਂ 30 ਸਟੂਡੈਂਟਸ ਹੁੰਦੇ ਆ ਤੇ ਉਥੇ ਅਸੀਂ ਇੰਡੀਵਿਜੂਅਲ ਅਟੈਨਸ਼ਨ ਪੇ ਕਰ ਸਕਦੇ ਆ ਉਹਨੂੰ ਐਡਾਪਟਡ ਐਜੂਕੇਸ਼ਨ ਪਲਾਨ ਕਹਿੰਦੇ ਜਾਂ ਇੰਡੀਵਿਜੂਅਲ ਐਜੂਕੇਸ਼ਨ ਪਲਾਨ ਕਹਿੰਦੇ ਅਸੀਂ ਬੱਚੇ ਦੇ ਮੁਤਾਬਕ ਇੰਡੀਵਿਜੂਅਲ ਅਸੀਂ ਕ curriculm ਬਣਾ ਕੇ ਉਹਨੂੰ ਟੀਚ ਕਰਦੇ ਹਾਂ ਕਹਿੰਦਾ ਕਿ ਪਲੱਸ 2 ਕਰਕੇ ਚਿਲ ਜਾਂਦੇ ਆ ਉਹਨਾਂ ਕੋਈ ਸਕਿੱਲ ਨਹੀਂ ਹੁੰਦੀ ਉਹ ਵੋਕੇਸ਼ਨਲ ਕੋਰਸ ਜੇ ਜੁਆਇਨ ਕਰਨਗੇ ਤੇ ਜਿਹੜੇ professions ਦੀ ਲੋੜ ਆ ਨਾ ਕੈਨੇਡਾ ਦੇ ਵਿੱਚ ਉਸ profession ਦੇ ਵਿੱਚ ਜੁਆਇਨ ਕਰ ਸਕਦਾ ਬੰਦਾ ਵੋਕੇਸ਼ਨਲ ਕੋਰਸ ਕਰਕੇ ਸੱਚਾ ਸ਼ੀਆ ਕਾ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਪੋਡਕਾਸਟ ਦੇ ਵਿੱਚ ਮੈਂ ਸੰਜੂ ਰਾਜਪੂਤ ਅੱਜ ਹਾਜ਼ਰ ਹਾਂ ਇੱਕ ਨਵਾਂ ਪੋਡਕਾਸਟ ਲੈ ਕੇ ਤੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਸਾਡੇ ਐਜੂਕੇਸ਼ਨ ਦੇ ਰਿਲੇਟਿਡ ਹੀ ਗੱਲਾਂ ਹੋਣਗੀਆਂ ਜਿਹਦੇ ਲਈ ਅਸੀਂ ਇੱਕ ਮੁੱਖ ਮਹਿਮਾਨ ਅੱਜ ਇਨਵਾਈਟ ਕੀਤਾ ਹੈ ਸਾਰੇ ਜੋ ਮਾਸਟਰ ਇੰਦਰਜੀਤ ਸਿੰਘ ਜੀ ਜੋ ਕਿ ਪਿਛਲੇ 19 ਸਾਲ ਤੋਂ ਕੈਨੇਡਾ ਵਿੱਚ ਬੱਚਿਆਂ ਨੂੰ ਪੜਾ ਰਹੇ ਹਨ ਅਤੇ ਇੰਡੀਆ ਵਿੱਚ ਵੀ ਉਹਨਾਂ ਦਾ ਮਿਲਾ ਕੇ ਓਵਰਹੋਲ 43 ইয়ারਸ ਦਾ ਟੀਚਿੰਗ ਐਕਸਪੀਰੀਅੰਸ ਹੈ ਜੋ ਕਿ ਅੱਜ ਆਪਣੇ ਨਾਲ ਸ਼ੇਅਰ ਕਰਨਗੇ ਤੋਂ ਇਹ ਸਵਾਗਤ ਕਰਦੇ ਹਾਂ ਮਾਸਟਰ ਇੰਦਰਜੀਤ ਸਿੰਘ ਦਾ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਫੋਰ ਇਨਵਾਈਟਿੰਗ ਮੀ ਟੂ ਯੂਅਰ ਚੈਨਲ ਅ ਜੂਜ਼ਲੈਸ ਪੋਡਕਾਸਟ ਸੋ ਥੈਂਕ ਯੂ ਸੋ ਮੱਚ ਮੋਸ ਵੈਲਕਮ ਸਰ ਇਟ ਇਜ਼ ਮਾਈ ਪਲੇਜ਼ਰ ਸਰ ਇਟਸ ਮਾਈਨ ਟੂ ਸੋ ਸਰ ਸ਼ੁਰੂ ਕਰਦੇ ਆਪਾਂ ਆਪਣੇ ਪਹਿਲੇ ਕੁਐਸਚਨ ਤੋਂ ਕਿ ਤੁਹਾਡੀ ਓਵਰਆਲ ਕੁਆਲੀਫਿਕੇਸ਼ਨ ਕੀ ਐਜੂਕੇਸ਼ਨ ਵਿੱਚ ਸੰਜੂ ਜੀ ਮੈਂ ਜਿੱਥੋਂ ਤੱਕ ਮੇਰੀ ਕੁਆਲੀਫਿਕੇਸ਼ਨ ਦਾ ਸਵਾਲ ਹੈ ਮੈਂ ਲਗਭਗ 30 ਸਾਲ ਸਟੱਡੀ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਬੀਐਸਸੀ ਮੈਡੀਕਲ ਕੀਤੀ ਡੀਏਵੀ ਕਾਲਜ ਜਲੰਧਰ ਤੋਂ ਤੋਂ ਬਾਅਦ ਮੈਂ ਬੀਐਡ ਕੀਤੀ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਤੋਂ ਮੈਂ ਐਸਾਇੰਸ ટીਚਰੇ ਮੇਰੀ ਅਪਾਇੰਟਮੈਂਟ ਹੋ ਗਈ ਮੈਂ ਪਰ ਆਪਣੀ ਸਟਡੀ ਛੱਡੀ ਨਹੀਂ ਆਈ ਐਮ ਲਾਈਫ ਲੌਂਗ ਲਰਨਰ ਮੈਂ ساری ਉਮਰ ਪੜਦਾ ਰਿਹਾ ਨਾਲੋਂ ਨਾਲ ਮੈਂ ਜੌਬ ਕੀਤੀ ਨਾਲੋਂ ਨਾਲ ਮੈਂ ਥਰੂ ਕੋਰਸਪੋਂਡੈਂਸ ਡਿਫਰੈਂਟ ਡਿਗਰੀਜ਼ ਲਈਆਂ ਮੈਂ ਸਭ ਤੋਂ ਪਹਿਲਾਂ ਤਾਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤਾ ਕਿਉਂਕਿ ਆਪਾਂ ਨੂੰ ਪਤਾ ਸਕੂਲਾਂ ਵਿੱਚ ਲਾਇਬ੍ਰੇਰੀਆਂ ਨਾਲ ਵੀ ਡੀਲ ਕਰਨਾ ਪੈਂਦਾ ਬੁੱਕਸ ਨੂੰ ਆਪਾਂ ਡੀਲ ਕਰਦੇ ਆ ਇਸ ਕਰਕੇ ਮੈਂ ਲੈਬਰ ਲਾਇਸੈਂਸ ਦਾ ਡਿਪਲੋਮਾ ਕੀਤਾ ਉਤੋਂ ਬਾਅਦ ਮੈਂ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਪਬਲਿਕ ریلیشنਸ ਐਂਡ ਐਡਵਰਟਾਈਜ਼ਿੰਗ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤਾ ਜੇ ਮੈਂ ਐਮਏ ਇਕਨੋਮਿਕਸ ਕੀਤੀ ਐਮ ਕੌਮ ਕੀਤੀ ਐਮ ਐਡ ਕੀਤੀ ਉਤੋਂ ਬਾਅਦ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਪਰਸਨਲ ਮੈਨੇਜਮੈਂਟ ਐਂਡ ਲੇਬਰ ਵੈਲਫੇਅਰ ਕੀਤਾ ਇਥੇ ਹੀ ਬਸ ਨਹੀਂ ਮੈਂ ਕੈਨੇਡਾ ਜਾ ਕੇ ਵੀ ਉੱਥੇ ਇੰਟਰਨੈਸ਼ਨਲਲੀ ਐਜੂਕੇਟਿਵ ਟੀਚਰਸ ਪ੍ਰੋਗਰਾਮ ਕੀਤਾ ਮੈਨੀਟੋਬਾ ਯੂਨੀਵਰਸਿਟੀ ਤੋਂ ਵਿਨੀਪੈਗ ਤੋਂ ਤੇ ਨਾਲ ਨਾਲ ਮੈਂ ਐਸਾ ਲੈਂਗੁਏਜ ਕੋਰਸਿਸ ਕੀਤੇ ਜਿਵੇਂ ਟੋਫਲ ਟੈਸਟ ਹੋ ਗਿਆ ਆਇਲਟਸ ਹੋ ਗਿਆ ਕੈਨੇਡਾ ਦੇ ਵਿੱਚ ਕੈਨ ਟੈਸਟ ਹੁੰਦਾ ਇੱਕ ਕੈਨੇਡੀਅਨ ਟੈਸਟ ਆਫ ਇੰਗਲਿਸ਼ ਫਰਸਟ ਸਕਾਲਰਸ ਐਂਡ ਟ੍ਰੇਨਿਸ ਇਸ ਹਾਉ ਇੰਗਲਿਸ਼ ਟੈਸਟ ਪਾਸ ਕੀਤੇ ਲਗਭਗ ਮੈਂ 30 ਸਾਲ ਦੀ ਸਟੱਡੀ ਕੀਤੀ ਮਤਲਬ ਕੈਨੇਡਾ ਜਾ ਕੇ ਵੀ ਐਜੂਕੇਸ਼ਨ ਰੁਕੀ ਨਹੀਂ ਸਿੱਖੀ ਕਿਉਂਕਿ ਜਦੋਂ ਮੈਂ ਕੈਨੇਡਾ ਗਿਆ ਉਸ ਵੇਲੇ ਇੰਡੀਆ ਦੇ ਵਿੱਚ ਤਾਂ ਕੰਪਿਊਟਰ ਸਿਸਟਮ ਹੁੰਦੇ ਨਹੀਂ ਸੀ ਸਕੂਲਾਂ 'ਚ ਮੈਂ ਥੈਂਕਫੁਲ ਹਾਂ ਕੈਨੇਡਾ ਦਾ ਉਹਨਾਂ ਨੇ ਮੈਨੂੰ ਸਾਰੀ ਕੰਪਿਊਟਰ ਐਜੂਕੇਸ਼ਨ ਦਿੱਤੀ ਸਭ ਤੋਂ ਪਹਿਲਾਂ ਮੈਂ ਮਾਈਕਰੋਸਾਫਟ ਆਫਿਸ ਵਰਡ ਪ੍ਰੋਗਰਾਮ ਕੀਤਾ ਮਾਈਕਰੋਸਾਫਟ ਐਕਸਲ ਕੀਤਾ ਮਾਈਕਰੋਸਾਫਟ ਪਾਵਰਪੁਆਇੰਟ ਕੀਤਾ ਮਾਈਕਰੋਸਾਫਟ ਆਊਟਲੁੱਕ ਕੀਤਾ ਪਬਲਿਸ਼ਰਸ ਕੀਤਾ ਬਹੁਤ ਜ਼ਿਆਦਾ ਉੱਥੋਂ ਐਜੂਕੇਸ਼ਨ ਲਈ ਫਿਰ ਉੱਥੇ ਸਿੰਪਲੀ ਅਕਾਊਂਟਿੰਗ ਕੋਰਸਿਸ ਹੈਗੇ ਸੀਗੇ ਅਕਾਊਂਟਿੰਗ ਦੇ ਕੋਰਸਿਸ ਕੀਤੇ the i studied whole my life to be honest that's a lot of education and qualification you've installed us matlab sa daily to dimag ch nikal hi gayi hai gallan jinni tussi sanu ginaiyan to kafi zyada mehnat chai di hai inni ਜੋ ਹੈ ਪੜਾਈ ਕਰਨ ਦੇ ਵਾਸਤੇ ਬਹੁਤ ਜ਼ਿਆਦਾ ਮੇਰੇ ਮਾਰਕਸ ਵੀ ਹਰ ਡਿਗਰੀ ਚ ਚੰਗੇ ਆ ਆਲਮੋਸਟ ਫਰਸਟ ਵਿਜਨ ਹੀ ਹੁੰਦੀ ਤੇ ਆਪਣੇ ਸੈਲਫ ਸਟਡੀ ਨਾਲ ਜ ਆਪਾਂ ਪੜਿਆ ਆਪਾਂ ਮਾਤਮਾ ਦੀ ਹੈਲਪ ਨਾਲ ਬਸ ਚਲੋ ਉਹ ਥੇ ਪ੍ਰਮਾਤਮਾ ਦੇ ਕਰਕੇ ਸਾਰਾ ਕੁਝ ਹੈ ਤਾਂ ਮਤਲਬ ਇੰਡੀਆ ਵਿੱਚ ਟੋਟਲ ਤੁਸੀਂ ਕਿੰਨੇ ਸਾਲ ਪੜਾਇਆ ਮੈਂ ਲਗਭਗ 24 ਸਾਲ ਇੰਡੀਆ ਚ ਪੜਾਇਆ ਆਈ ਸਟਾਰਟਡ ਮੀ ਟੀਚਿੰਗ ਇਨ 1981 ਫਰਮ ਗਵਰਨਮੈਂਟ ਹਾਈ ਸਕੂਲ ਨਾਮ ਆਪਣੇ ਦੋਨੇਵਾਲ ਟੂਰਨ ਆ देन आई ਕੰਟੀਨਿਊਡ ਟੂ ਸਟਡੀ ਟੀਚਿੰਗ ਸੋ ਆਫਟਰ ਨਵਾਂ ਪਿੰਡ ਦੋਨੇ ਵਾਲ ਆਈ ਵੈਂਟ ਟੂ ਅਮਰਸਰ ਡਿਸਟ੍ਰਿਕਟ ਦੇ ਵਾਸ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਡਿਸਟ੍ਰਿਕਟ ਅਮਰਸਰ ਆਈ ਡੋਟ देयर ਫਿਰ ਉਸ ਤੋਂ ਬਾਅਦ ਮੈਂ ਫਿਰ ਗਵਰਨਮੈਂਟ ਜੌਬ ਚ ਆ ਗਿਆ ਗਵਰਨਮੈਂਟ ਮਿਡਲ ਸਕੂਲ ਵਾਟਾਂ ਵਾਲੀ ਤੋਂ ਆਪਣੀ ਜੌਬ ਸਟਾਰਟ ਕੀਤੀ ਰੈਗੂਲਰ ਫਿਰ ਉਸ ਤੋਂ ਬਾਅਦ ਗਵਰਨਮੈਂਟ ਹਾਈ ਸਕੂਲ ਰਾਮਪੁਰ ਜੀ ਡਿਸਟ੍ਰਿਕਟ ਕਪੂਰਥਲਾ ਜੀ ਪੜਾਇਆ ਗਵਰਨਮੈਂਟ ਹਾਈ ਸਕੂਲ ਬੂਸੋਵਾਲ ਕਪੂਰਥਲਾ ਡਿਸਟ੍ਰਿਕਟ ਉਸ ਤੋਂ ਬਾਅਦ ਮੈਂ ਗਵਰਨਮੈਂਟ ਹਾਈ ਸਕੂਲ ਨਾਮ ਹੈ ਬੈਂਡ ਖਾਲੇਵਾਲ ਡਿਸਟ੍ਰਿਕਟ ਜ਼ਿਲੰਧਰ ਚ ਟ੍ਰਾਂਸਫਰ ਹੋ ਕੇ ਆ ਗਿਆ। ਫਿਰ ਮੈਂ ਐਜ਼ ਲੈਕਚਰ ਪ੍ਰਮੋਟ ਹੋ ਗਿਆ ਲੈਕਚਰ ਕਮਰਸ 1993 ਚ। ਪਹਿਲਾਂ ਮੈਂ 1981 ਤੋਂ ਲੈ ਕੇ 1993 ਤੱਕ ਸਾਇੰਸ ਟੀਚਰ ਆ। ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਹੋ ਗਈ 1993 ਚ ਮੈਂ ਗਵਰਨਮੈਂਟ ਸੀਨੀਅਰ ਸਕੂਲ ਨਿਹਾਲੂਵਾਲ ਡਿਸਟ੍ਰਿਕਟ ਜ਼ਿਲੰਧਰ ਪੜਾਇਆ। ਫਿਰ 2005 ਚ ਅਸੀਂ ਕੈਨੇਡਾ ਚਲੇ ਗਏ। ਮੈਂ ਐਸੋ ਟੀਚਰ ਯੂ ਅਪਲਾਈ ਕੀਤਾ ਸੀ ਐਸ ਗਾਈਡੈਂਸ ਕਾਉਂਸਲਰ ਕੈਨੇਡਾ ਦੇ ਵਿੱਚ ਤੇ ਮੇਰੀ ਸਿਲੈਕਸ਼ਨ ਹੋ ਗਈ ਤੇ ਅਸੀਂ ਫੈਡਰਲ ਪੁਆਇੰਟ ਸਿਸਟਮ ਤੇ ਕੈਨੇਡਾ ਗਏ ਕਿ 2005 ਦੇ ਵਿੱਚ ਹਾਂਜੀ 2005 ਕੈਨੇਡਾ ਜਾਣ ਦਾ ਮੇਨ ਰੀਜ਼ਨ ਕੀ ਸੀ ਯੂ نو ਪੋਪੂਲੇਸ਼ਨ ਆਫ ਇੰਡੀਆ ਇਜ਼ ਵੈਰੀ ਹਾਈ ਐਂਡ देयर ਇਜ਼ ਅ ਕਟਥਰੋਟ ਕੰਪੀਟੀਸ਼ਨ ਫਾਰ ਜੌਬਸ ਇਵਰੀ ਈਅਰ ਮਾਈ ਚਿਲड्रन ਵਾਸ ਨਾਟ ਗੈਟਿੰਗ ਗੁੱਡ ਜੌਬਸ ਸੋ ਦੈਟਸ ਵਾਈ ਫਰ ਬੈਟਰ ਪਰਸਪੈਕਟਿਵਸ ਐਂਡ ਫਰ ਗੁੱਡ ਜੌਬਸ ਬੈਟਰ ਫਿਊਚਰ ਫਾਰ ਮਾਈ ਚਿਲड्रन ਵੀ ਮੂਵ ਟੂ ਕੈਨੇਡਾ ਐਸੋ ਵੈਰੀ ਗੁੱਡ ਰੀਜ਼ਨ ਟੂ ਮੂਵ ਫਰਮ ਇੰਡੀਆ ਬਿਕਾਜ਼ ਮੋਸਟਲੀ ਪੀਪਲ ਡੂਇੰਗ ਦ ਸੇਮ ਥਿੰਗ ਕਰੰਟਲੀ ਸੋ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਗਏ ਉਧਰ ਜਾ ਕੇ ਤੁਸੀਂ ਦੱਸਿਆ ਇਨੀ ਐਜੂਕੇਸ਼ਨ ਪਹਿਲਾਂ ਤੁਸੀਂ ਕੀਤੀ ਫਿਰ ਟੀਚਿੰਗ ਲਾਈਨ 'ਚ ਪਏ ਉਧਰ ਕੈਨੇਡਾ ਵਿੱਚ ਤੁਸੀਂ ਕਿੰਨੇ ਸਾਲ ਟੋਟਲ ਹੁੰਦਾਂ ਨੂੰ ਹੋ ਗਏ ਪੜਾਉਂਦੇ ਆ ਲਗਭਗ ਮੈਨੂੰ 19 ਇਅਰ ਹੋ ਚੱਲੇ ਹਾਂ ਜੀ ਓਕੇ 19 ਫਿਰ ਇਨਾ 19 ਸਾਲਾਂ ਦੇ ਵਿੱਚ ਜੋ ਤੁਸੀਂ ਪੜਾਇਆ ਤੇ ਇੰਡੀਆ ਦੇ ਵਿੱਚ ਤੇ ਜਿੰਨਾ ਪੜਾਇਆ ਤੁਹਾਨੂੰ ਦੋਵਾਂ ਦੇ ਵਿੱਚ ਜੇ ਐਜ਼ ਅ ਕੰਪੇਅਰ ਕਰੀਏ ਆਪਾਂ ਤਾਂ ਤਾਨੂੰ ਐਜੂਕੇਸ਼ਨ ਸਿਸਟਮ ਕੀ ਡਿਫਰੈਂਟ ਲੱਗਦਾ ਉਹਦੇ ਵਿੱਚ ਇੰਡੀਆ ਤੇ ਕੈਨੇਡਾ ਚ ਹਾਂ there is a lot of difference between the education system of india as well as in, in canada ਇੰਡੀਆ ਦੇ ਵਿੱਚ ਕੀ ਆ ਪਾਪੂਲੇਸ਼ਨ ਬਹੁਤ ਹਾਈ ਆ ਕਲਾਸਾਂ ਹਾਈਲੀ ਕ라우ਡਡ ਆ ਇੱਕ ਇੱਕ ਕਲਾਸ ਆਲਮੋਸਟ ਸੋ ਸੋ ਬੱਚਾ ਵਾ ਕਿਸੇ 60 ਬੱਚੇ ਆ ਇੰਡੀਵਿਜੂਅਲ ਅਟੈਂਸ਼ਨ ਦੇ ਨਹੀਂ ਡਿਫਰ ਬਹੁਤ ਔਖੀ ਆ ਡਿਫਿਕਲਟ ਆ ਤੇ ਆਪਾਂ ਇੱਥੇ ਕੀ ਕਰਦੇ ਆ ਲੈਕਚਰ ਮੈਥਡ ਜਾਂ ਲੈਕਚਰ ਕਮ ਡੈਮੋਨਸਟ੍ਰੇਸ਼ਨ ਮੈਥਡ ਨਾਲ ਆਪਾਂ ਉਹਨਾਂ ਨੂੰ ਪੜਾਉਂਨੇ ਆ ਇੱਥੇ ਆਪਾਂ ਪ੍ਰੈਕਟੀਕਲ ਵਰਕ ਨਹੀਂ ਕਰਵਾ ਸਕਦੇ ਕਿਉਂਕਿ 40 ਮਿੰਟ ਦਾ ਪੀੜ ਹੁੰਦਾ ਵਾ 40 ਮਿੰਟ 'ਚ 100 ਬੱਚਿਆਂ ਨੂੰ ਜਾਂ 60 ਬੱਚਿਆਂ ਨੂੰ ਅਟੈਨਸ਼ਨ ਆਪਾਂ ਪੇਜ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਆਪਾਂ ਕਿਵੇਂ ਕੰਮ ਕਰਵਾ ਸਕਦੇ ਮੋਰਓਵਰ ਇੱਥੇ ਤੁਹਾਨੂੰ ਸਪਲਾਈਜ਼ ਨਹੀਂ ਐਜੂਕੇਸ਼ਨਲ ਸਪਲਾਈਜ਼ ਨਹੀਂ ਮਿਲਦੀਆਂ ਪ੍ਰੈਕਟੀਕਲ ਵਾਸਤੇ ਸਪਲਾਈਜ਼ ਨਹੀਂ ਮਿਲਦੀਆਂ ਜੇ ਆਪਾਂ ਬੱਚਿਆਂ ਨੂੰ ਕਹਿੰਦੇ ਆ ਤੁਸੀਂ ਖਰੀਦ ਕੇ ਲਿਆਓ ਤੇ ਉਹਨਾਂ ਦੇ ਮਾਪਿਓ ਇਨੇ ਇਕਨੋਮਿਕਲੀ ਸਾਊਂਡ ਨਹੀਂ ਹੁੰਦੇ ਉਹ ਲੈ ਕੇ ਨਹੀਂ ਦਿੰਦੇ ਤੇ ਗਵਰਨਮੈਂਟ ਇਹਨਾਂ ਸਪਲਾਈ ਨਹੀਂ ਕਰ ਸਕਦੀ ਇਸ ਕਰਕੇ ਇੱਥੇ ਹੈਂਡਸ-ਆਨ ਐਕਟੀਵਿਟੀ ਮੈਥਡ ਯੂਜ਼ ਨਹੀਂ ਹੁੰਦਾ ਇੱਥੇ ਆਪਾਂ ਸਿਰਫ ਲੈਕਚਰ ਕਮ ਡੈਮੋਨਸਟ੍ਰੇਸ਼ਨ ਮੈਥਡ ਆਪ ਕਰਕੇ ਦਿਖਾ ਦਿੰਦਾ ਐਕਸਪੈਰੀਮੈਂਟ ਪਰ ਜਦੋਂ ਅਸੀਂ ਕਾਲਜਾਂ ਚ ਜਾਂ ਯੂਨੀਵਰਸਿਟੀਆਂ ਚ ਇੰਡੀਆ ਚ ਪੜ੍ਹਦੇ ਆਂ ਤੋ ਉੱਥੇ ਪ੍ਰੈਕਟੀਕਲ ਚੱਲ ਜਾਂਦਾ ਸਕੂਲਾਂ ਚ ਨਹੀਂ ਚੱਲ ਸਕਦਾ ਕਿਉਂਕਿ ਜਦੋਂ ਆਪਾਂ ਹਾਇਰ ਸਟੱਡੀ ਲਈ ਮੂਵ ਹੁੰਨੇ ਆ ਤੇ ਪਾਪੂਲੇਸ਼ਨ ਸਟੂਡੈਂਟਸ ਦੀ ਘਟ ਜਾਂਦੀ ਹੈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਜਿਉਂ-ਜਿਉ ਉੱਤੇ ਜਾਈ ਜਾਂਦੇ ਆ ਤੇ ਉਹ ਸਟਰੈਂਥ ਘਟੀ ਜਾਂਦੀ ਹੈ ਇਸ ਕਰਕੇ ਫਿਰ ਪੋਸੀਬਲ ਹੋ ਜਾਂਦਾ ਪਰ ਨਹੀਂ ਪਰ ਕੈਨੇਡਾ ਚ ਹਰ ਕਲਾਸ ਚ ਮੈਕਸਿਮਮ 25 ਤੋਂ 30 ਸਟੂਡੈਂਟਸ ਹੁੰਦੇ ਆ ਤੇ ਉੱਥੇ ਅਸੀਂ ਇੰਡੀਵਿਜੂਅਲ ਅਟੈਂਸ਼ਨ ਪੇ ਕਰ ਸਕਦੇ ਆ ਉਥੇ ਹਰ ਜੋ ਉਹ ਐਕਟੀਵਿਟੀ ਮੈਥਡ ਹੈ ਇਹ ਆਪਾਂ ਪੜਾਉਨੇ ਪ੍ਰੈਕਟੀਕਲ ਮੈਥਡ ਹੈ ਪੜਾਉਣਾ ਸੋ ਮਤਲਬ ਉਥੇ ਨੇ ਲੈਸ ਸਟੂਡੈਂਟ ਹੁੰਦੇ ਇਸ ਲਈ ਐਜੂਕੇਸ਼ਨ ਤੇ ਜ਼ਿਆਦਾ ਧਿਆਨ ਦਿੱਤਾ ਕਿ ਪਲੱਸ ਉਥੇ ਪ੍ਰੈਕਟੀਕਲ ਵਰਕ ਕਾਫੀ ਹੁੰਦਾ ਵਾ ਤੇ ਚਲੋ ਇਹ ਤਾਂ ਆਪਣੀ ਹੋ ਗਈ ਚਲੋ ਆਪਾਂ ਨੂੰ ਇੰਨਾ ਕੁ ਪਤਾ ਲੱਗ ਗਿਆ ਕਿ ਕੀ ਐਜੂਕੇਸ਼ਨ ਸਿਸਟਮ ਦੋਵੇਂ ਡਿਫਰੈਂਸ ਆ ਪ੍ਰੈਕਟੀਕਲ ਦਾ ਬਹੁਤ ਵੱਡਾ ਤੇ ਮੈਂ ਹੁਣ ਪਤਾ ਦੇ ਕੋ ਪੁੱਛਣਾ ਚਾਹਾਂਗਾ ਕਿ ਆਪਣੇ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਕਿ ਸਟੂਡੈਂਟਸ ਉੱਪਰ ਪੜ੍ਹਾਈ ਦਾ ਕਿੰਨਾ ਪ੍ਰੈਸ਼ਰ ਹੁੰਦਾ ਵਾ ਕੈਨੇਡਾ ਵਿੱਚ ਵੀ ਸੇਮ ਹੀ ਚੀਜ਼ ਹੁੰਦੀ ਹੈ। ਨਾ ਕੈਨੇਡਾ ਚ ਸਟੂਡੈਂਟਸ ਦੇ ਉੱਤੇ ਇੰਨਾ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਉੱਥੇ ਬਹੁਤ ਹਨ ਅਸਾਈਨਮੈਂਟ ਸਿਸਟਮ। ਇਨ ਕਲਾਸ ਅਸਾਈਨਮੈਂਟਸ ਕਰਦੇ ਆ ਬੱਚੇ ਤੇ ਉਹ ਨਾਲੋਂ ਨਾਲ ਹਰੋ ਜੀ ਉਹ ਚੈੱਕ ਹੋ ਜਾਂਦੀ ਹੈ, ਏਵੈਲੂਏਸ਼ਨ ਹੋ ਜਾਂਦੀ ਹੈ ਤੇ ਜਿਹੜਾ ਉਹਨਾਂ ਨੇ ਪੜ ਲਿਆ ਉਹ ਗਾਂ ਫੇ ਫਾਈਨਲ ਐਗਜ਼ਾਮ ਚ ਨਹੀਂ ਆਉਂਦਾ। ਹਰੋ ਜੀ ਰੋ ਜਿਹਾ ਥੋੜਾ ਥੋੜਾ ਆਪਾਂ ਉਹਨਾਂ ਸਿਲੇਬਸ ਕਵਾਈ ਜਾਂਦੇ ਆ। ਉਹਦਾ ਨਾਲੋਂ ਨਾਲ ਆਪਾਂ ਟੈਸਟ ਲਈ ਜਾਂਦੇ ਆ। ਉਥੇ ਅਵੇਲੂਏਸ਼ਨ ਤਿੰਨ ਤਰ੍ਹਾਂ ਦੀ ਹੁੰਦੀ ਆ ਅਵੇਲੂਏਸ਼ਨ ਫॉर ਲਰਨਿੰਗ ਅਵੇਲੂਏਸ਼ਨ ਐਜ਼ ਲਰਨਿੰਗ ਐਂਡ ਅਵੇਲੂਏਸ਼ਨ ਆਫ ਲਰਨਿੰਗ ਅਵੇਲੂਏਸ਼ਨ ਫॉर ਲਰਨਿੰਗ ਦਾ ਮੈਨਾ ਕੀ ਹੁੰਦਾ ਵਾ ਅਸੀਂ ਬੱਚੇ ਨੂੰ ਜਦੋਂ ਪੜਾਉਣ ਤੋਂ ਪਹਿਲਾਂ ਉਹਨੂੰ ਅਸੈਸ ਕਰਦੇ ਆਂ ਵੀ ਉਹ ਕੀ ਪੜ੍ਹਨਾ ਚਾਹੁੰਦਾ ਵਾ ਜਿਹੜਾ ਉਹ ਪੜ੍ਹਨਾ ਚਾਹੁੰਦਾ ਵਾ ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਪੜਾਉਂਦੇ ਆਂ ਫਿਰ ਜੇ ਚੋ ਨੂੰ ਇੰਟਰਸਟ ਆ ਜਿਹੜਾ ਟੌਪਿਕ ਉਹਨੇ ਪੜਨਾ ਵਾ ਉਹੀ ਅਸੀਂ ਉਹਨੂੰ ਪੜਾਉਣਾ ਵਾ ਉਹਨਾਂ ਉਹਦੇ ਹਿਸਾਬ ਨਾਲ ਪੜਾਉਣਾ ਫਿਰ ਅਸੀਂ ਐਜ਼ ਲਰਨਿੰਗ ਅਸੈਸਮੈਂਟ ਐਜ਼ ਲਰਨਿੰਗ ਕਰਦੇ ਆ ਜਿਉਂ-ਜਿਉਂ ਅਸੀਂ ਪੜਾਈ ਜਾਂਦੇ ਆ ਅਸੀਂ ਉਹਨਾਂ ਨੂੰ ਕੁਐਸਚਨਿੰਗ ਕਰਦੇ ਆ ਬੱਚਿਆਂ ਨੂੰ ਪੀਅ ਅਸੈਸਮੈਂਟ ਕਰਦੇ ਆ ਅਸੀਂ ਦੇਖਦੇ ਆ ਵੀ ਉਹ ਸਿੱਖ ਰਿਹਾ ਕਿ ਨਹੀਂ ਸਿੱਖ ਰਿਹਾ ਜੇ ਨਹੀਂ ਸਿੱਖ ਰਿਹਾ ਤੇ ਅਸੀਂ ਹੋਰ ਕੋਈ ਟੈਕਨੀਕ ਲੱਭਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਲਈ ਜੇ ਉਹ ਸਿੱਖ ਗਿਆ ਵਾ ਤੇ ਫਿਰ ਅਸੀਂ ਕੰਟੀਨਿਊ ਕਰਦੇ ਆ ਜਦੋਂ ਇੱਕ ਯੂਨਿਟ ਖਤਮ ਹੋ ਜਾਂਦਾ ਸਟੱਡੀ ਦਾ ਉਸ ਵੇਲੇ ਅਸੀਂ ਉਹਨਾਂ ਦੇ ਅਸੈਸਮੈਂਟ ਆਫ ਲਰਨਿੰਗ ਕਰਦੇ ਹਾਂ ਉਹਨਾਂ ਨੂੰ ਅਸੀਂ ਯੂਨਿਟ ਟੈਸਟ ਦੇ ਦਿੰਨੇ ਆ ਜਦੋਂ ਯੂਨਿਟ ਖਤਮ ਹੋ ਗਿਆ ਟੈਸਟ ਲੈ ਲਿਆ ਉਸ ਤੋਂ ਬਾਅਦ ਉਸ ਯੂਨਿਟ ਬਾਰੇ ਅਸੀਂ ਅਗਲੇ ਕੋਰਸ 'ਤੇ ਨਹੀਂ ਗੱਲਬਾਤ ਕਰਦੇ ਉੱਤੇ ਬੋਝ ਨਹੀਂ ਬਣਦਾ ਇਸ ਤਰ੍ਹਾਂ ਬੱਚਿਆਂ ਦੇ ਉੱਤੇ ਬੋਝ ਨਹੀਂ ਬਣਦਾ ਇੱਥੇ ਸਾਰਾ ਸਾਲ ਪੜ੍ਹਨਾ ਪੈਂਦਾ ਸਾਲ ਬਾਅਦ ਫਾਈਨਲ ਐਗਜ਼ਾਮ ਹੁੰਦੇ ਆ ਜਾਂ ਸੈਮੈਸਟਰ ਹੁੰਦਾ ਵਾ ਸੈਮੈਸਟਰ ਬਾਅਦ ਐਗਜ਼ਾਮ ਹੁੰਦੇ ਆ ਤੇ ਬੱਚਿਆਂ ਨੂੰ ਉਹ ਸਾਰਾ 6 ਮਹੀਨੇ ਜਾਂ ਸਾਲ ਯਾਦ ਰੱਖਣਾ ਪੈਂਦਾ ਚੀਜ਼ ਤੇ ਇਸ ਕਾ ਕੇ ਬੋਝ ਹੁੰਦਾ ਇੱਥੇ ਦੇ ਬੱਚਾਂ ਤੇ ਪ੍ਰੈਸ਼ਰ ਹੁੰਦਾ ਉੱਥੇ ਬੱਚਾਂ ਤੇ ਪ੍ਰੈਸ਼ਰ ਨਹੀਂ ਹੁੰਦਾ ਉੱਥੇ ਆਮ ਬਹੁਤੇ ਕੋਰਸਾਂ ਵਿੱਚ ਤੇ ਫਾਈਨਲ ਟੈਸਟ ਹੀ ਨਹੀਂ ਹੁੰਦੇ ਉਹ ਅਸਾਈਨਮੈਂਟ بیسਡ ਅਸੈਸਮੈਂਟ ਕਰਦੇ ਆ ਵੈਲਿਊਏਸ਼ਨ ਕਰਕੇ ਤੇ ਉਹਨਾਂ ਨੂੰ ਰਿਜ਼ਲਟ ਦੇ ਦਿੰਦੇ ਆ ਉੱਥੇ ਦੂਸਰੀ ਗੱਲ ਇਨਕਲੂਸਿਵ ਐਜੂਕੇਸ਼ਨ ਹਰ ਤਰ੍ਹਾਂ ਦਾ ਬੱਚਾ ਭਾਵੇਂ ਉਹ ਮੈਂਟਲੀ ਰਿਟਾਰਡਡ ਆ ਭਾਵੇਂ ਉਹ ਵਿਜ਼ੂਅਲੀ ਰਿਟਾਰਡਰ ਹੈਗਾ ਵਾ ਜਿਹੋ ਜਿਹਾ ਵੀ ਆ ਉਹਨਾਂ ਸਾਰਿਆਂ ਨੂੰ ਇਕੱਠੇ ਇੱਕ ਕਲਾਸ ਚ ਪੜਾਇਆ ਜਾਂਦਾ ਉਥੇ ਅਸੀਂ ਸਲੇਵਸ ਉਹਨਾਂ ਦੇ ਅਕੋਰਡਿੰਗਲੀ ਤਿਆਰ ਕਰਦੇ ਹਾਂ ਉਹਨੂੰ ਐਡੈਪਟਡ ਐਜੂਕੇਸ਼ਨ ਪਲਾਨ ਕਹਿੰਦੇ ਜਾਂ ਇੰਡੀਵਿਜੂਅਲ ਐਜੂਕੇਸ਼ਨ ਪਲਾਨ ਕਹਿੰਦੇ ਅਸੀਂ ਬੱਚੇ ਦੇ ਮੁਤਾਬਕ ਇੰਡੀਵਿਜੂਅਲ ਅਸੀਂ ਕੈਰੀਕੂਲਮ ਬਣਾ ਕੇ ਉਹਨੂੰ ਟੀਚ ਕਰਦੇ ਹਾਂ ਇੱਕ ਬੱਚਾ ਇੰਟੈਲੀਜੈਂਟ ਆ ਉਹਦੇ ਲਈ ਅਸੀਂ ਡਿਫਿਕਲਟ ਮਟੀਰੀਅਲ ਤਿਆਰ ਕਰਦੇ ਹਾਂ ਇੱਕ ਬੱਚਾ ਮੈਂਟਲੀ ਰਿਟਾਰਡਡ ਆ ਉਹਦੇ ਲਈ ਅਸੀਂ ਸਿੰਪਲ ਮਟੀਰੀਅਲ ਤਿਆਰ ਕਰਦੇ ਹਾਂ ਤੇ ਉਹਨੂੰ ਪੜ੍ਹਾਉਂਦੇ ਹਾਂ ਜੇ ਹੁਣ ਉਥੇ ਅਸੀਂ ਫੇਰ ਕਰਨ ਦਾ ਸਿਸਟਮ ਨਹੀਂ ਹੈਗਾ ਜੇ ਕੋਈ ਬੱਚਾ ਨਹੀਂ ਪੜਦਾ ਉਹਨੂੰ ਅਸੀਂ ਗ੍ਰੇਡ ਅਪਗ੍ਰੇਡ ਕਰੀ ਜਾਂਦੇ ਪਰ ਉਹਦੇ ਸਰਟੀਫਿਕੇਟ ਤੇ ਲਿਖ ਦਿੰਦੇ ਆ ਫੋਰ ਐਗਜ਼ਾਮਪਲ ਇੱਕ ਬੱਚਾ 8ਵੀਂ ਚ ਪੜਦਾ ਵਾ ਪਰ ਉਹਦਾ ਮੈਂਟਲ ਲੈਵਲ ਗ੍ਰੇਡ 5 ਦਾ ਹੀ ਆ ਉਹਦੇ ਸਰਟੀਫਿਕੇਟ ਤੇ ਲਿਖ ਦਿੰਦੇ ਆ ਹੀ ਇਜ਼ ਇਨ ਗ੍ਰੇਡ 8 ਬਟ ਹਿਸ ਮੈਂਟਲ ਲੈਵਲ ਇਜ਼ ਆਫ ਗ੍ਰੇਡ 5 ਸੋ ਹੀ ਇਜ਼ ਨਾਟ ਡਿਸਹਾਰਟਡ ਦੈਨ ਸੋ ਹੀ ਕੰਟੀਨਿਊਜ਼ ਸਟੱਡੀ 무ਵਜ਼ ਅਹੈਡ ਮਤਲਬ ਫੇਲ ਕਰਦੇ ਨਹੀਂ ਆ ਕੈਨੇਡਾ ਚ ਕੋਈ ਪਾਸ ਫੇਲ ਦਾ ਕੋਈ ਦਿੱਕਤ ਹੀ ਨਹੀਂ ਕੀ ਬਾਤ ਹੈ ਇਹ ਤਾਂ ਬਹੁਤ ਵਧੀਆ ਗੱਲ ਆ ਸਟੂਡੈਂਟ ਵੀ ਜੋ ਡੀਮੋਟੀਵੇਟ ਨਹੀਂ ਹੁੰਦਾ ਨਾਲ ਤੇ ਪ੍ਰੈਸ਼ਰ ਆਂਦਾ ਵਾ ਪਰ ਜਦੋਂ ਤੁਸੀਂ ਆਪਣੇ ਰੀਅਲ ਲਾਈਫ ਚ ਜਾਂਦੇ ਆ ਫੇ ਤੁਹਾਨੂੰ ਇੰਟਰਵਿਊ ਲੈਂਦੇ ਆ ਜੇ ਤੁਸੀਂ ਉਹਦੇ ਮੁਤਾਬਕ ਹੋਵੋਗੇ ਸਕਸੈਸਫੁਲ ਤਾਂ ਹੀ ਉਹਨੇ ਹਾਇਰ ਕਰਨਾ ਜੇ ਤੁਹਾਡਾ ਮੈਂਟਲ ਲੈਵਲ ਹੀ ਨਹੀਂ ਸਹੀ ਤੁਸੀਂ ਉਹ ਕਾ ਵੀ ਨਹੀਂ ਸਕਦੇ ਉਹਨੂੰ ਟੈਕਲ ਤਾਂ ਫੇ ਉਹ ਹਾਇਰ ਨਹੀਂ ਕਰਦੇ ਇਸ ਦਾ ਕਿ ਉਹ ਬੱਚਾ ਤਾਂ ਦਿਸ ਹਾਰਟ ਨਹੀਂ ਹੁੰਦਾ ਪਰ ਇਹਦਾ ਰੀਅਲ ਲਾਈਫ ਟੂ ਸਕਸੀਡ ਯੂ ਨੀਡ ਟੂ ਬੀ ਨੋਲੇਜੇਬਲ ਅਬਾਊਟ देयर profession ਮੀਨਸ ਕਿ ਉਸ ਟਾਈਮ ਉਹਨੂੰ ਮੈਂਟਲੀ ਡਿਸਟਰੋਏ ਨਹੀਂ ਕੀਤਾ ਇਹਦਾ ਫੇਲ ਕਰਕੇ ਪਰ ਲੌਂਗ ਟਰਮ ਲਈ ਜੇ ਆਪਾਂ ਦੇਖੀਏ ਤਾਂ ਇੱਕ ਬਿਗ ਇਸ਼ੂ ਆ ਬਟ ਆਪਾਂ ਇਹ ਵੀ ਕਹਿ ਸਕਦੇ ਕਿ ਹਾਂ ਸਟੂਡੈਂਟ ਜਦੋਂ ਬੱਚੇ ਹੁੰਦੇ ਆ ਉਹਨੂੰ ਨਹੀਂ ਨੇ ਅਵੇਅਰਨੈਸ ਹੁੰਦੀ ਬਟ ਉਹਦੇ ਪੇਰੈਂਟਸ ਨੂੰ ਉਹਦੇ ਸਰਟੀਫਿਕੇਟ ਤੋਂ ਪਤਾ ਲੱਗੇਗਾ ਕਿ ਸਾਡਾ ਬੱਚਾ ਕਿੰਨੇ ਕ ਪਾਣੀ ਸਰਟੀਫਿਕੇਟ ਦੇ ਉੱਤੇ ਹਰ ਚੀਜ਼ ਲਿਖੀ ਹੁੰਦੀ ਹੈ ਅਟੈਂਡੈਂਸ ਬਾਰੇ ਵੀ ਲਿਖਿਆ ਹੁੰਦਾ ਇਹਨੇ ਸਾਲ ਚ ਕਿੰਨੇ ਦਿਨ ਸਕੂਲ ਆਇਆ ਕਿੰਨੇ ਦਿਨ ਐਬਸੈਂਟ ਰਿਹਾ ਕਿੰਨੇ ਦਿਨ ਇਹ ਲੀਵ ਤੇ ਰਿਹਾ ਵਿਦ ਪਰਮਿਸ਼ਨ ਆਫ ਪੇਰੈਂਟਸ ਰਿਹਾ ਜਾਂ ਆਪਣੇ ਆਪ ਇਹਨੇ ਸਕਿਪ ਕੀਤੀਆਂ ਕਲਾਸਿਸ ਸਭ ਕੁਝ ਲਿਖਿਆ ਹੁੰਦਾ ਉਹਦਾ ਪੂਰਾ ਕੈਰੇਕਟਰ ਉਹਦਾ ਸਾਰਾ ਡਿਟੇਲ ਲਿਖੀ ਹੁੰਦੀ ਹੈ ਵੀ ਉਹਨੇ ਸਾਰਾ ਸਾਲ ਕਿਵੇਂ ਇਹ ਕਿਤਾਬ ਉਹ ਸਸ ਜੰਪ ਪਸੇਡ ਕੀਤਾ ਹੁਣ ਜਿੱਦਾਂ ਹਨ ਆਪਣੇ ਇੰਡੀਅਨ এডਿਕੇਸ਼ਨ ਦੇ ਵਿੱਚ ਸਟੱਡੀ ਨੂੰ ਤਿੰਨ ਪਾਰਟ ਚ ਡਿਵਾਈਡ ਕੀਤਾ ਹੁੰਦਾ ਵਾ ਜਿੱਦਾਂ ਆਪਣੇ ਇੱਕਤ ਹੁੰਦੀ ਆ ਪ੍ਰਾਇਮਰੀ এডਿਕੇਸ਼ਨ ਫਿਰ ਉਸ ਤੋਂ ਬਾਅਦ ਸਕੈਂਡਰੀ এডਿਕੇਸ਼ਨ ਫਿਰ ਹਾਇਰ এডਿਕੇਸ਼ਨ ਤੇ ਮਤਲਬ ਆਪਣੇ ਇੰਡੀਆ ਵਿੱਚ ਪਲੱਸ 2 ਤੱਕ ਕੰਪਲਸਰੀ ਆ ਸਟੱਡੀ ਕਰਨਾ ਯਾ ਆਪਾਂ ਇਨ ਆਰਡਰ ਟੂ ਗੋ ਇਨ ਅਦਰ ਜੋ ਹੈ ਆਪਾਂ ਸਟੱਡੀ ਦੇ ਵਿੱਚ ਤੇ ਬਟ ਕੈਨੇਡਾ ਵਿੱਚ ਕਿਦਾਂ ਉਹਦੇ ਵਿੱਚ ਵੀ ਸੇਮ ਥਿੰਗਸ ਸੇਮ ਥਿੰਗ ਵੀ ਸਕੂਲ এডੂਕੇਸ਼ਨ ਇਜ਼ ਕੰਪਲਸਰੀ ਫਾਰ ਈਚ ਸਟੂਡੈਂਟ ਗ੍ਰੇਡ 12 ਤੱਕ ਤੁਹਾਨੂੰ ਪੜ੍ਹਨਾ ਜਰੂਰੀ ਗ੍ਰੇਡ 12 ਤੱਕ ਕੈਨੇਡਾ ਚ 12 ਤੱਕ ਉਥੇ ਵੀ ਐਲੀਮੈਂਟਰੀ ਸਕੂਲ ਹੈਗੇ ਆ ਮਿਡਲ ਸਕੂਲਸ ਹੈਗੇ ਆ ਜੂਨੀਅਰ ਹਾਈ ਸਕੂਲਸ ਹੈਗੇ ਆ ਹਾਈ ਸਕੂਲਸ ਹੈਗੇ ਆ ਤੇ ਕਲੀਜੀਏਟਸ ਹੈਗੇ ਆ ਜਿਹੜਾ ਇੱਥੇ ਤਾਂ ਆਪਣੇ ਐਲੀਮੈਂਟਰੀ ਸਕੂਲਾਂ ਚ ਗ੍ਰੇਡ 1 ਤੋਂ 5 ਹੁੰਦੇ ਆ ਪਹਿਲੀ ਤੋਂ ਪੰਜਵੀਂ ਤੱਕ ਬੱਚਿਆਂ ਨੂੰ ਕਹਿੰਦੇ ਪ੍ਰਾਇਮਰੀ ਅਸ ਸਾਡੇ ਕੈਨੇਡਾ ਚ ਪਹਿਲੀ ਤੋਂ ਲੈ ਕੇ 6ਵੀਂ ਤੱਕ ਦੀ ਐਲੀਮੈਂਟਰੀ ਕਲਾਸ ਹੁੰਦੀ ਐ ਐਲੀਮੈਂਟ ਤੇ 7ਵੀਂ 8ਵੀਂ ਇਹ ਮਿਡਲ ਕਲਾਸਿਸ ਹੁੰਦੀਆਂ ਤੇ 9ਵੀਂ ਜਿਹੜੀ ਆ ਜੂਨੀਅਰ ਹਾਈ ਕਿਹਾ ਜਾਂਦੀ ਆ 10ਵੀਂ 11ਵੀਂ 12ਵੀਂ ਨੂੰ ਹਾਈ ਚ ਗਿਣਿਆ ਜਾਂਦਾ ਉੱਥੇ 12ਵੀਂ ਤੱਕ ਉੱਥੇ ਵੀ ਹੁੰਦਾ ਏ ਤੇ ਕੰਪਲਸਰੀ ਆ ਤੇ ਆਪਣੇ ਜਿੱਦਾਂ ਆਪਣੇ 4 ਆਪਸ਼ਨਸ ਹੁੰਦੇ 10th ਤੋਂ ਬਾਅਦ ਨਾਨ ਮੈਡੀਕਲ ਮੈਡੀਕਲ ਕਮਰਸ ਐਂਡ ਆਰਟਸ ਕੈਨੇਡਾ ਵਿੱਚ 10th ਕਲਾਸ ਤੋਂ ਬਾਅਦ ਕੀ ਆਪਸ਼ਨਸ ਹੁੰਦੇ ਆ ਉੱਥੇ ਇਦਾਂ ਡਿਫਰੈਂਟ ਸਟਰੀਮਸ ਨੇ ਇਦਾਂ ਉਹਨਾਂ ਨੂੰ ਨਾਮ ਨਹੀਂ ਦਿੱਤੇ ਹੋਏ ਹ ਹਮੈਨਿਟੀਜ਼ ਜਾਂ ਮੈਡੀਕਲ ਜਾਂ ਨਾਨ ਮੈਡੀਕਲ ਇਦਾਂ ਜਾਂ ਕਮਰਸ ਦਾ ਕੋਈ ਨਾਮ ਨਹੀਂ ਦਿੱਤਾ ਹੋਇਆ ਤੁਸੀਂ ਆਪਣੀ ਇਹ ਯੋਗਤਾ ਦੇ ਮੁਤਾਬਕ ਆਪਣੇ ਐਪਟੀਟਿਊਡ ਦੇ ਮੁਤਾਬਕ ਆਈਕਿਊ ਦੇ ਮੁਤਾਬਕ ਤੁਸੀਂ ਸਬਜੈਕਟ ਚੂਜ਼ ਕਰ ਸਕਦੇ ਆ ਤੁਸੀਂ ਆਰਟਸ ਦੇ ਨਾਲ ਸਾਇੰਸ ਸਬਜੈਕਟ ਵੀ ਲੈ ਸਕਦੇ ਆ ਸਾਇੰਸ ਦੇ ਨਾਲ ਮੈਥ ਵੀ ਲੈ ਸਕਦੇ ਆ ਨਹੀਂ ਵੀ ਲੈ ਸਕਦੇ ਤੁਹਾਡੀ ਖੁਸ਼ੀ ਆ ਕੋਸ਼ ਜਨਰਲ ਜਿਹਦਾ ਮੈਥ ਹੈਗਾ ਵਾ ਮੈਥ ਹੋਤੇ ਦੋ ਤਿੰਨ ਤਰ੍ਹਾਂ ਦੇ ਹੈਗੇ ਆ ਇੱਕ ਤਾਂ ਜਨਰਲ ਮੈਥ ਹੈਗਾ ਇੱਕ ਕੰਜ਼ਿਊਮਰ ਮੈਥ ਹੈਗਾ ਇੱਕ ਪ੍ਰੀ ਕੈਲਕੂਲਸ ਹੈਗਾ ਇਦਾਂ ਕਈ ਤਰ੍ਹਾਂ ਦੇ ਹੈਗੇ ਇਹ ਐਸੈਂਸ਼ੀਅਲ ਮੈਥ ਹੈਗਾ ਵਾ ਉਹ ਤੁਸੀਂ ਆਪਣੇ ਕੈਪੈਸਿਟੀ ਦੇ ਮੁਤਾਬਕ ਆਪਣੀ ਐਬਿਲਿਟੀ ਦੇ ਮੁਤਾਬਕ ਉਹਨੂੰ ਚੂਜ਼ ਕਰ ਸਕਦੇ ਆ ਕਈ ਤਾਂ ਸੌਖਾ ਹੀ ਮੈਥ ਪੜ੍ਹਨਾ ਚਾਹੁੰਦੇ ਆ ਉਹ ਐਸੈਂਸ਼ੀਅਲ ਮੈਥ ਲੈ ਲੈਂਦੇ ਆ ਜਾਂ ਕੰਜ਼ਿਊਮਰ ਮੈਥ ਲੈ ਲੈਂਦੇ ਜਿਹੜੇ ਆਮ ਲਾਈਫ 'ਚ ਕੰਮ ਆਉਂਦਾ ਜੇ ਪ੍ਰੀ ਕੈਲਕੂਲਸ ਵਗੈਰਾ ਬਾ ਉਹ ਇੰਜੀਨੀਅਰਿੰਗ ਕੋਰਸਿਸ ਲਈ ਕੰਪਲਸਰੀ ਆ ਜਾਂ ਹਾਈਰ ਐਜੂਕੇਸ਼ਨ ਲਈ ਉਹ ਤੁਹਾਨੂੰ ਇਸ ਕਹ ਕੇ ਪ੍ਰੀ ਕੈਲਕੂਲਸ ਲੈਣਾ ਪੈਂਦਾ ਤੇ ਉਹ ਤੋਂ ਬਿਨਾ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸਾਡੇ ਹਰ ਸਕੂਲ ਚ ਇੱਕ ਲਿਖ ਕੇ ਡਾਇਗਰਾਮ ਲਾਈ ਹੋਈ ਆ ਵੀ ਇਫ ਯੂ ਮਿਸ ਮੈਥ ਯੂ ਵਿਲ ਮਿਸ ਸੋ ਮਨੀ professions ਉਹਨਾਂ ਦੇ ਨਾਲ ਲਿਖਿਆ ਵੀ ਜੇ ਤੁਸੀਂ ਮੈਥ ਨਹੀਂ ਪੜ੍ਹਦੇ ਤਾਂ ਤੁਸੀਂ ਇਹਨਾਂ professions ਨੂੰ ਜੁਆਇਨ ਨਹੀਂ ਕਰ ਸਕਦੇ ਜਿਸ ਕਾਰਕ ਕਿ ਮੈਥ ਪੜ੍ਹਨਾ ਜ਼ਰੂਰੀ ਆ ਆਪਣੇ ਲਾਈਫ ਚ ਸੋ ਸਬਜੈਕਟ ਜਿਹੜਾ ਆਪਣੇ ਇੱਥੇ ਆਪਣੇ ਇੰਡੀਆ ਦੇ ਵਿੱਚ ਹੁੰਦੇ ਆ ਪੰਜਾਬੀ ਹਿੰਦੀ ਮੈਥ ਸੋਸ਼ਲ ਸਟਡੀ ਐਗਰੀਕਲਚਰ ਹੁੰਦਾ ਉਹ ਨਾਲ ਜਾਂ ਫਿਰ ਹਿਸਟਰੀ ਹੈ ਤਾਂ ਇਸ ਆਪਣੇ ਉਹਦੇ ਵਿੱਚ ਕੈਨੇਡਾ ਵਿੱਚ ਕਿਸ ਤਰ੍ਹਾਂ ਦੇ ਸਬਜੈਕਟ ਹੁੰਦੇ ਆ ਉੱਥੇ ਜਿਹੜਾ ਜਿੱਦਾਂ ਇੱਥੇ ਪੰਜਾਬੀ ਆ ਪੰਜਾਬੀ ਆਪਣੀ ਮਦਰ ਟੰਗ ਆ ਪੰਜਾਬ ਦੀ ਉੱਥੇ ਇੰਗਲਿਸ਼ ਤੇ ਫ੍ਰੈਂਚ ਲੈਂਗੁਏਜ ਇਹ ਕੈਨੇਡਾ ਦੀਆਂ ਦੋ ਅਫੀਸ਼ੀਅਲ ਲੈਂਗੁਏਜਸ ਨੇ ਫ੍ਰੈਂਚ ਵੀ ਹੁੰਦੀ ਹੈ ਉੱਥਾ ਫ੍ਰੈਂਚ ਕੰਪਲਸਰੀ ਜਾਂ ਜਿੱਦਾਂ ਕਿਊਬਕ ਸਟੇਟ ਆ ਸਾਡੇ ਕੈਨੇਡਾ ਦੇ ਵਿੱਚ ਉਹਨਾਂ ਦੀ ਫਰਸਟ ਲੈਂਗੁਏਜ ਫ੍ਰੈਂਚ ਆ ਉੱਥੇ ਫ੍ਰੈਂਚ ਤੋਂ ਬਿਨਾ ਤੁਹਾਨੂੰ ਜੌਬ ਨਹੀਂ ਮਿਲ ਸਕਦੀ ਉਸ ਪ੍ਰੋਵਿੰਸ ਦੇ ਵਿੱਚ ਤੇ ਪਰ ਆਮ ਤੌਰ ਤੇ ਜੇ ਹੀ ਅਫੀਸ਼ੀਅਲ ਲੈਂਗੁਏਜ ਆ ਗਵਰਨਮੈਂਟ ਲੈਂਗੁਏਜ ਆ ਉਹ ਇੰਗਲਿਸ਼ ਤੇ ਫ੍ਰੈਂਚ ਦੋਨੋਂ ਹੀ ਆ ਜਿਹਨੂੰ ਦੋਨੋਂ ਲੈਂਗੁਏਜ ਆਉਂਦੀਆਂ ਉਹਨੂੰ ਤਾਂ ਬਹੁਤ ਜੌਬਾਂ ਉਹਦੇ ਲਈ ਬਹੁਤ ਓਪਨ ਹੈਗਾ ਵਾ ਇਹ ਫੀਲਡ ਤੇ ਜਿੱਥੇ ਮਰਜ਼ੀ ਜੌਬ ਤੇ ਲੱਗ ਸਕਦਾ ਕੋਈ ਵੀ ਗਵਰਨਮੈਂਟ ਜੌਬ ਤੇ ਲੱਗਣਾ ਫੈਡਰਲ ਗਵਰਨਮੈਂਟ ਜੌਬ ਤੇ ਇਹ ਦੋ ਲੈਂਗੁਏਜ ਆਉਣੀਆਂ ਚਾਹੀਦੀਆਂ ਸੇਮ ਚੀਜ਼ ਹੈ ਜਿੱਦਾਂ ਆਪਣੇ ਪੰਜਾਬੀ ਤੇ ਇੰਗਲਿਸ਼ ਆ ਇੰਡੀਆ ਦੇ ਵਿੱਚ ਤਿੰਨ ਲਥੀ ਲੈਂਗੁਏਜ ਸਿਸਟਮ ਇਹ ਪਹਿਲਾ ਤਾਂ ਮਦਰ ਟੰਗਾ ਜਿੱਦਾਂ ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੁਹਾਨੂੰ ਪੰਜਾਬੀ ਪੜ੍ਹਨੀ ਲਾਜ਼ਮੀ ਆ ਜੇ ਤੁਸੀਂ ਹਿਜਾਣੇ 'ਚ ਪੜਦੇ ਆ ਤੇ ਉਹ ਇੱਥੇ ਹਿੰਦੀ ਪੜ੍ਹਨੀ ਲਾਜ਼ਮੀ ਜਾਂ ਹਿਜਾਣ ਵੀ ਉਹਨਾਂ ਦੀ ਕੋਈ ਲੈਂਗੁਏਜ ਹੋਊਗੀ ਤੇ ਹਿੰਦੀ ਜੇ ਹੀ ਆਪਣੀ ਨੈਸ਼ਨਲ ਲੈਂਗੁਏਜ ਆ ਇਸਕਾ ਕਿ ਨੈਸ਼ਨਲ ਲੈਂਗੁਏਜ ਪੜ੍ਹਨੀ ਪੈਂਦੀ ਆ ਤੇ ਇੰਗਲਿਸ਼ ਐਜ਼ ਅ ਇੰਟਰਨੈਸ਼ਨਲ ਲੈਂਗੁਏਜ ਪੜ੍ਹਨੀ ਪੈਂਦੀ ਆ ਇਹ ਜਿਹੜੇ ਇੰਡੀਆ ਦੇ ਸਟੂਡੈਂਟਸ ਆ ਇਹ ਇਸੇ ਕਰਕੇ ਸਾਗ ਦੇਸ਼ਾਂ 'ਚ ਜਾ ਕੇ ਕਾਮਯਾਬ ਹੋ ਜਾਂਦੇ ਆ ਕਿਉਂਕਿ ਇਹਨਾਂ ਕੋਲ 3 ਲੈਂਗੁਏਜਸ ਐਟ ਲੀਸਟ ਆਉਂਦੀਆਂ ਤੇ ਪਰ ਕੈਨੇਡਾ ਦੇ ਜਿਹੜੇ ਸਟੂਡੈਂਟਸ ਆ ਉਹ ਦੋ ਲੈਂਗੁਏਜ ਆਮ ਤੌਰ ਤੇ ਸਿੱਖਦੇ ਇੰਗਲਿਸ਼ ਤੇ ਫ੍ਰੈਂਚ ਪਰ ਨਾਲ-ਨਾਲ ਕੋਈ ਸਪੈਨਿਸ਼ ਵੀ ਸਿੱਖ ਲੈਂਦਾ ਜੁਕਰੇਨੀਅਨ ਵੀ ਸਿੱਖ ਲੈਂਦਾ ਜਦੋਂ ਮੈਂ ਗਿਆ ਸੀ ਕੈਨੇਡਾ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿੰਨੀਆਂ ਇੰਗਲਿਸ਼ ਕਿੰਨੀਆਂ ਲੈਂਗੁਏਜਸ ਸਾਨੂੰ ਆਉਂਦੀਆਂ। ਮੈਨੂੰ ਦੱਸਿਆ ਵੀ ਇੰਗਲਿਸ਼, ਪੰਜਾਬੀ ਤੇ ਹਿੰਦੀ ਆਉਂਦੀਆਂ। ਤੇ ਉਹਨਾਂ ਨੇ ਜਿਹੜੇ ਨੂੰ ਨਹੀਂ ਇੰਗਲਿਸ਼ ਆਉਂਦੀ ਉਹਨਾਂ ਨੂੰ ਇੰਗਲਿਸ਼ ਐਜ਼ ਐਡੀਸ਼ਨਲ ਲੈਂਗੁਏਜ ਪੜ੍ਹਾਉਂਦੇ। ਉੱਥੇ ਸੈਕੰਡਰੀ ਲੈਂਗੁਏਜ ਨਹੀਂ ਕਹਿੰਦੇ। ਆਪਾਂ ਕਹਿੰਦੇ ਦੂਸਰੀ ਦੂਸਰੀ ਭਾਸ਼ਾ ਸਿੱਖਦਾ ਬੰਦਾ ਦੂਜੀ ਭਾਸ਼ਾ ਨਹੀਂ ਗਿਣੀ ਜਾਂਦੀ। ਉਹ ਕਹਿੰਦੇ ਹੁਣ ਆਲਰੇਡੀ ਮੈਂ ਤਿੰਨ ਜਾਣਦਾ ਭਾਸ਼ਾ ਤੇ ਜੇ ਮੈਂ ਚੌਥੀ ਸਿੱਖਨੀ ਆ ਉਹ ਫੋਰਥ ਲੈਂਗੁਏਜ ਨਹੀਂ ਕਹਿੰਦਾ ਉਹਨੂੰ ਐਡੀਸ਼ਨਲ ਲੈਂਗੁਏਜ ਕਹਿੰਦਾ। ਸੋ ਇੰਗਲਿਸ਼ ਐਜ਼ ਅ ਐਡੀਸ਼ਨਲ ਲੈਂਗੁਏਜ ਆਮ ਤੌਰ ਤੇ ਪੜਾਈ ਜਾਂਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੋ ਮੈਨੂੰ ਇਹ ਵੀ ਅੱਜ ਹੀ ਗੱਲ ਪਤਾ ਲੱਗੀ ਕਿ ਫ੍ਰੈਂਚ ਵੀ ਕੈਨੇਡਾ ਚ ਜੋ ਸਿਖਾਈ ਜਾਂਦੀ ਆ ਕਿਉਂਕਿ ਮੇਰੇ ਮੈਂ ਤਾਂ ਇਹ ਸੋਚਦਾ ਕਿ ਇੰਗਲਿਸ਼ ਲੈਂਗੁਏਜ ਹੀ ਹੈ ਉਹਨਾਂ ਦੀ ਨੋ ਫ੍ਰੈਂਚ ਵੀ ਕੰਪਲਸਰੀ ਹੈ ਫਾਰ ਗਵਰਨਮੈਂਟ ਜੌਬ ਜੇ ਤੁਸੀਂ ਗਵਰਨਮੈਂਟ ਜੌਬ ਲੈਣੀ ਫੈਡਰਲ ਗਵਰਨਮੈਂਟ ਦੀ ਜਿੱਦਾਂ ਉਹਨਾਂ ਦਾ ਇਮੀਗ੍ਰੇਸ਼ਨ ਜੌਬਸ ਹੈਗੀਆਂ ਵਾ ਕੈਨੇਡਾ ਸਟੈਟਿਸਟਿਕਲ ਜੌਬਸ ਹੈਗੀਆਂ ਵਾ ਕੈਨੇਡਾ ਰੈਵਨਿਊ ਜੌਬਸ ਹੈਗੀਆਂ ਵਾ ਜਿੰਨੀਆਂ ਵੀ ਸਿਵਲ ਜੋਬਸ ਆ ਉਹਨਾਂ ਦੀਆਂ ਉਹਨਾਂ ਵਿੱਚ ਤੁਹਾਨੂੰ ਡੁਅਲ ਲੈਂਗੁਏਜ ਹੋਣੀ ਚਾਹੀਦੀ ਬਾਈਲਿੰਗੁਅਲ ਪਰਸਨ ਨੂੰ ਛੇਤੀ ਜੋਬ ਮਿਲਦੀ ਆ ਸੋ ਹੁਣ ਆਪਾਂ ਗੱਲ ਕਰਦੇ ਆ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਜੋ ਆਪਣੇ ਇੰਡੀਆ ਚੋਂ ਪਲੱਸ 2 ਕਰਕੇ ਆਇਲਸ ਕਰਕੇ ਬਾਹਰ ਜਾਂਦੇ ਆ ਉਹਨਾਂ ਲਈ ਉਧਰ ਸਟੱਡੀ ਕਿਹੜੀ ਬੈਟਰ ਰਹੇਗੀ ਜੋ ਉਹਨਾਂ ਨੂੰ ਉਧਰ ਹੀ ਕੋਈ ਅੱਛੀ ਜੋਬ ਮਿਲ ਸਕੇ ਦੇਖੋ ਜਿੱਥੋਂ ਤੱਕ ਇਥੋਂ ਇੰਡੀਆ ਤੋਂ ਸਟੂਡੈਂਟਸ ਜਾਣ ਦੀ ਗੱਲ ਆ ਉਹ ਇਹ ਡਿਪੈਂਡ ਕਰਦਾ ਪਹਿਲਾਂ ਤਾਂ ਬੱਚੇ ਦਾ ਇੰਟਰਸਟ ਕਿਸ ਪ੍ਰੋਫੈਸ਼ਨ ਚਾ ਜੇ ਤਾਂ ਉਹਨੇ ਸਿਰਫ ਪੱਕੇ ਹੋਣ ਲਈ ਜਾਣਾ ਵਾ ਤੇ ਇਹ ਮੈਟਰ ਨਹੀਂ ਕਰਦਾ ਵੀ ਉਹਨੇ ਕਿਹੜਾ ਕੋਰਸ ਲੈਣਾ ਕਿਹੜਾ ਨਹੀਂ ਲੈਣਾ ਉਹ ਤਾਂ ਸਿਰਫ ਕੋਰਸ ਲੈ ਕੇ ਚੱਲੇ ਜਾਂਦਾ ਵਾ ਉਸ ਤੋਂ ਬਾਅਦ ਪੀਆਰ ਹੀ ਲੱਭਦਾ ਵਾ ਤੇ ਪਰ ਇਹ ਮੋਟਿਵ ਮੋਟਿਵ ਨਹੀਂ ਹੋਣਾ ਚਾਹੀਦਾ ਕੱਲਾ ਪੀਆਰ ਲੈਣ ਦਾ ਆਪਾਂ ਨੂੰ ਇਹ ਵੀ ਮੋਟਿਵ ਰੱਖਣਾ ਚਾਹੀਦਾ ਵੀ ਆਪਾਂ ਕਾਮਯਾਬ ਹੋਣਾ ਵਾ ਉੱਚੀ ਮੰਜ਼ਲ ਤੇ ਵੀ ਕਿਵੇਂ ਪਹੁੰਚਣਾ ਆਪਾਂ ਕੈਨੇਡਾ ਦੀ ਹਾਈएस्ट ਪੋਸਟ ਵੀ ਲੈ ਸਕਦੇ ਆ ਜੇ ਅਸੀਂ ਆਪਣੇ ਮੁਤਾਬਕ ਸਟੱਡੀ ਕਰੀਏ ਤੇ ਸਾਨੂੰ ਪਤਾ ਹੋਵੇ ਵੀ ਕਿਹੜੇ ਕੋਰਸਿਸ ਦੀ ਜ਼ਿਆਦਾ ਡਿਮਾਂਡ ਆ ਕਿਹੜੇ ਪ੍ਰੋਫੈਸ਼ਨਸ ਦੀ ਜ਼ਿਆਦਾ ਡਿਮਾਂਡ ਆ ਉਹਦੇ ਮੁਤਾਬਕ ਕੋਰਸ ਲੈਣਾ ਕਿਉਂਕਿ ਮੈਂ ਇੰਡੀਆ 'ਚ ਕਮਰਸ ਲੈਕਚਰਰ ਆ ਤੇ ਮੈਂ ਉੱਥੇ ਵੀ ਬਿਜ਼ਨਸ ਐਜੂਕੇਸ਼ਨ ਪੜ੍ਹਾਉਣਾ ਆ ਕੈਨੇਡਾ ਦੇ ਵਿੱਚ ਉੱਥੇ ਮੈਂ ਡਿਫਰੈਂਟ ਸਬਜੈਕਟ ਪੜ੍ਹਾਉਣਾ ਮੇਰਾ ਉਦਾਂ ਮੇਜਰ ਉਹਨਾਂ ਨੇ ਸਬਜੈਕਟ ਬਾਇਓਲੋਜੀ ਆ ਕਿਹਾ ਹੋਇਆ ਮਾਈਨਰ ਕੈਮਿਸਟਰੀ ਆ ਕਿਹਾ ਹੋਇਆ ਕਿਉਂਕਿ ਮੈਂ ਐਮ ਕਾਮ ਵੀ ਕੀਤੀ ਹੋਈ ਆ ਤੇ ਮੈਂ bizness education ਵੀ ਉੱਥੇ ਟੀਚ ਕਰਦਾ ਮੈਂ ਇੱਥੇ ਕਮੈਂਡ ਕਰਦਾ ਹੁਣਾਂ ਵੀ ਜਿਹੜਾ ਵੀ ਬੱਚਾ ਕੈਨੇਡਾ ਚ ਇੰਡੀਆ ਤੋਂ ਜਾਂਦਾ ਵਾ ਉਹਨੂੰ ਉੱਥੇ bizness education ਕੋਰਸ ਜੁਆਇਨ ਕਰਨਾ ਚਾਹੀਦਾ ਕਿਉਂਕਿ ਉੱਥੇ ਪੱਕੇ ਹੋਣ ਲਈ bizness education ਕਰਨ ਤੋਂ ਬਾਅਦ bizness ਦੇ ਵਿੱਚ ਜੇ ਜੋਬ ਮਿਲੂਗੀ ਤੇ ਉਹ ਪੱਕਾ ਹੋ ਸਕਦਾ ਛੇਤੀ ਜੇ ਤੁਸੀਂ ਮੰਨ ਲਓ bizness education ਕਰ ਲਿਆ ਤਾਂ ਤੁਸੀਂ ਕਿਸੇ ਹੋਰ ਫੀਲਡ ਦੇ ਵਿੱਚ ਜੋਬ ਲੈ ਲਈ ਤੇ ਫਿਰ ਪੱਕਾ ਹੋਣਾ ਮੁਸ਼ਕਲ ਆ ਤੇ ਇਸ ਕਰਕੇ bizness ਤੇ ਹਰਥੇ ਮਿਲਦਾ ਵਾ ਭਾਵੇਂ ਜਿਹੜੀ ਮਰਜੀ ਤੁਸੀਂ ਕੰਪਨੀ ਜੁਆਇਨ ਕਰ ਲੋ that is called business ਭਾਵੇਂ ਉਹ ਸਟੋਰ ਆ ਭਾਵੇਂ ਉਹ ਫੈਕਟਰੀ ਆ ਭਾਵੇਂ ਕੋਈ ਆਫਿਸ ਆ bizness ਵੀ ਇੱਕ ਤਰ੍ਹਾਂ ਦਾ ਨਹੀਂ ਨਾ ਹੁੰਦਾ bizness ਕੱਲਾ ਚੀਜ਼ਾਂ ਨੂੰ ਸੇਲ ਕਰਨਾ ਨਹੀਂ ਹੁੰਦਾ ਅਸੀਂ ਸਰਵਿਸੇਸ ਸੇਲ ਵੀ ਕਰਦੇ ਆ ਜਿੱਦਾਂ ਇੰਸ਼ੋਰੈਂਸ ਕੰਪਨੀਆਂ ਹੋ ਗਈਆਂ ਵਾ ਜਾਂ ਮੌਰਗੇਜ ਕੰਪਨੀਆਂ ਹੋ ਗਈਆਂ ਬੈਂਕਿੰਗ ਹੋ ਗਈਆਂ ਬੈਂਕਿੰਗ ਇਜ਼ ਆਲਸੋ ਅ bizness ਇਸ ਕਰਕੇ ਜੇ ਤੁਸੀਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਜੁਆਇਨ ਕਰਦੇ ਆ ਤੇ ਫਿਰ ਤੁਸੀਂ ਬਿਜ਼ਨਸ ਕਿਸੇ ਵਿੱਚ ਵੀ ਜੌਬ ਲੈ ਕੇ ਤੁਸੀਂ ਜੀ ਪੱਕੇ ਹੋ ਸਕਦੇ ਮੈਂ ਇਸ ਕਰਕੇ ਰეკਮੈਂਡ ਕਰੂੰਗਾ ਬਿਜ਼ਨਸ ਦੇ ਕੋਰਸ ਬਿਜ਼ਨਸ ਐਜੂਕੇਸ਼ਨ ਜ਼ਰੂਰ ਲਾਉ ਦੂਸਰਾ ਜੇ ਤੁਸੀਂ ਆਈਟੀ ਦੇ ਕੋਰਸ ਹੀ ਲੈ ਕੇ ਜਾਂਦੇ ਆ ਬੱਚੇ ਕੰਪਿਊਟਰ ਐਜੂਕੇਸ਼ਨ ਦੇ ਲੈ ਕੇ ਜਾਂਦੇ ਆ ਇਹਦਾ ਵੀ ਬਹੁਤ ਡਿਮਾਂਡ ਹੈਗੀ ਆ ਵੈਬਸਾਈਟ ਡਿਜ਼ਾਈਨਿੰਗ ਕਰਨੀ ਜਾਂ ਕੋਈ ਇਹੋ ਜਿਹਾ ਆਈਟੀ ਦੇ ਕੰਮ ਕਰਨੇ ਉੱਚੀ ਤੋਂ ਡਿਮਾਂਡ ਹੈਗੀ ਤੁਹਾਨੂੰ ਮਿਲ ਸਕਦੇ ਜੋਬ इजीली ਪਰ ਆਪਣੇ ਮਤਲਬ ਬੱਚੇ ਜੋ ਇਧਰ ਜਾਂਦੇ ਪਲੱਸ 2 ਕਰਕੇ ਉਹ ਆਪਾਂ ਨੂੰ ਵੀ ਪਤਾ ਉਹਨਾਂ ਦਾ ਧਿਆਨ ਸਟੱਡੀ ਉੱਪਰ ਨਹੀਂ ਹੁੰਦਾ ਉਹਨਾਂ ਦੇ ਬਸ ਇਸੇ ਵਾਲੀ ਹੁੰਦਾ ਕਿ ਵੱਧ ਤੋਂ ਵੱਧ ਕੰਮ ਕਰਕੇ ਐਸੇ ਕਮਾਏ ਜਾਂ ਤਾਂ ਕਿ ਜੋ ਕਰਜ਼ੇ ਲੈ ਕੇ ਗਏ ਆ ਉਹਨਾਂ ਨੂੰ ਉਤਾਰ ਦਰ ਦਿੱਤਾ ਜਾਵੇ ਤੇ এডਿਕੇਸ਼ਨ ਕਈ ਜ਼ਿਆਦਾਤਰ ਕਈ ਕੀ ਮੈਕੋਂ ਕਾ ਜ਼ਿਆਦਾਤਰ ਬੱਚਾ ਸ਼ਾਦੀ ਦਿੰਦੇ ਵਿੱਚ ਆਪਣੀ এডਿਕੇਸ਼ਨ ਤੇ ਫਿਰ ਉਹ ਪੀਆਰ ਹੋਣ ਲਈ ਕੀ ਕਰਦੇ ਜਾਂ ਤਾਂ ਉਧਰ ਲੈ ਕੇ ਕੁੜੀ ਲਵਦੇ ਮੈਰਿਜ ਕਰਨ ਲਈ ਜਾਂ ਫਿਰ ਟਰੱਕਾਂ ਤੇ ਛੱਡ ਜਾਂਦੇ ਆ ਪਰ ਉਹ ਲੌਂਗ ਟਾਈਮ ਤੋਂ ਸਹੀ ਨਹੀਂ ਹੈਗਾ ਜੇ ਹੁਣ ਮੰਨ ਲਓ ਤੁਸੀਂ ਟਰੱਕ ਦੀ ਲਾਇਸੈਂਸ ਲੈ ਕੇ ਟਰੱਕ ਡਰਾਈਵਿੰਗ ਕਰਨ ਲੱਗ ਪਈਨੇ ਆ ਤੇ ਤੁਹਾਨੂੰ ਸਵਾ ਸਵਾ ਘਰੋਂ ਬਾਹਰ ਨਾ ਪੈਂਦਾ ਉਹ ਫੈਮਿਲੀ ਲਾਈਫ ਨਹੀਂ ਵਹਿੰਦੀ ਤੇ ਉਹਦੇ ਨਾਲ ਬੜਾ ਅਫਸਰਟ ਹੁੰਦਾ ਪਹਿਲਾਂ ਪਹਿਲ ਤਾਂ ਚਲੋ ਸੈਟਿੰਗ ਵਾਸਤੇ ਠੀਕ ਆ ਉਸ ਤੋਂ ਬਾਅਦ ਨਹੀਂ ਤੇ ਤੁਹਾਨੂੰ ਇਹੋ ਜਿਹੀ ਕੋਸ਼ਿਸ਼ ਕਰਨੀ ਜੇ ਜੇ ਤੁਸੀਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇ ਸਕੋ ਗਾਂ ਤੁਹਾਡੀ ਮਿਆਜ ਵੀ ਹੋਣੀ ਆ ਆਪਣੇ ਬੱਚਿਆਂ ਨੂੰ ਵੀ ਟਾਈਮ ਦੇ ਸਕੋ ਉਹਨਾਂ ਨੂੰ ਪੜ੍ਹਾ ਸਕੋ ਤੇ ਉਹ ਸਭ ਤੋਂ ਵਧੀਆ ਬਾਝੇ ਇਹੋ ਜਿਹਾ ਪ੍ਰੋਫੈਸ਼ਨ ਜੁਆਇਨ ਕਰੋ ਜਿਹੜੇ ਸਟੂਡੈਂਟਸ ਮਤਲਬ ਐਜੂਕੇਸ਼ਨ ਛੱਡ ਕੇ ਕੰਮ 'ਚ ਜ਼ਿਆਦਾ ਪੈ ਜਾਂਦੇ ਆ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਦਾਂ ਤੁਸੀਂ ਪੱਕੇ ਛੇਤੀ ਹੋ ਸਕਦੇ ਆ ਐਜੂਕੇਸ਼ਨ ਛੱਡਣੀ ਨਹੀਂ ਚਾਹੀਦੀ ਪਰ ਇਹ ਤਾਂ ਹੈ ਵੀ ਤੁਸੀਂ ਇਹੋ ਜਿਹੇ ਕੋਰਸ ਲੈ ਕੇ ਕਈ ਬੱਚੇ ਕੀ ਕਰਦੇ ਆ ਲੰਬਾ ਕੋਰਸ ਲੈ ਲੈਂਦੇ ਆ 4-4 ਸਾਲ ਦਾ ਉਹ ਬੜਾ ਐਕਸਪੈਂਸਿਵ ਹੁੰਦਾ ਅੱਜ ਬਿਜ਼ਨਸ ਐਜੂਕੇਸ਼ਨ ਦਾ ਡਿਪਲੋਮਾ ਕੋਰਸ ਲੈ ਲੋ 1 ਸਾਲ ਦਾ ਹੋ ਸਕਦਾ ਜਾਂ ਮੈਕਸਿਮਮ 2 ਸਾਲ ਦਾ ਹੋ ਸਕਦਾ ਇਹ ਛੇਤੀ ਪੱਕਾ ਹੋ ਜਾਂਦਾ ਜੇ ਤੁਸੀਂ ਮੰਨ ਲਓ ਮੈਨੀਟੋਬਾ ਦੇ ਵਿੱਚ ਆਉਨੇ ਆ ਜਾਂ ਨੋਵਾ ਸਕੋਸ਼ੀਆ ਦੇ ਵਿੱਚ ਆਉਨੇ ਆ ਜਾਂ ਉੱਥੇ ਨਿਊ ਬਰਨਸ ਬੇਕਰਸ ਇੱਕ ਪ੍ਰੋਵਿੰਸ ਹੈਗੀ ਆ ਤੇ ਛੋਟੀਆਂ-ਛੋਟੀਆਂ ਸਟੇਟ ਸਟੇਟ ਆ ਗਿਆ ਨਿਊ ਫਾਉਂਡ ਲੈਂਡ ਹੈਗੀ ਆ ਉਹਦੇ ਵਿੱਚ ਇਜ਼ੀਲੀ ਤੁਸੀਂ ਹੋ ਸਕਦੇ ਆ ਪੱਕੇ ਕਿਉਂਕਿ ਉੱਥੇ ਤੁਹਾਨੂੰ 6 ਮਹੀਨੇ ਬਾਅਦ ਤੁਸੀਂ ਜੌਬ ਕਰਨ ਤੋਂ ਬਾਅਦ ਆਪਣਾ ਕੇਸ ਪੀਆ ਦਾ ਲਾ ਸਕਦੇ ਜੇ ਤੁਸੀਂ ਹੋਸਟ ਸਟੇਟਾਂ ਜਿੱਦਾਂ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਚਲੇ ਜਾਂਦੇ ਆ ਜਾਂ ਟੈਜੀ ਦੇ ਵਿੱਚ ਟੋਰਾਂਟੋ ਗ੍ਰੈਂਟਨ ਚਲੇ ਜਾਂਦੇ ਆ ਉੱਥੇ ਤੁਹਾਨੂੰ ਪੱਕਾ ਹੋਣਾ ਮੁਸ਼ਕਲ ਆ ਪਹਿਲੀ ਗੱਲ ਤਾਂ ਉਹਨਾਂ ਦਾ ਸੈਸ਼ਨ ਆਇਆ ਹੋਇਆ ਉੱਥੇ ਜੌਬਾਂ ਮਿਲਦੀਆਂ ਹੀ ਨਹੀਂ ਤੋਂ ਬਹੁਤ ਹਰ ਤਰ੍ਹਾਂ ਡਾਊਨਫਾਲ ਆਇਆ ਹੋਇਆ ਬਿਜ਼ਨਸ ਦਾ ਦਮਾਰਸ ਘਟੀ ਹੋਈ ਆ ਤੇ ਇਸਕੇ ਬੱਚਿਆਂ ਦੇ ਪ੍ਰੈਸ਼ਰ ਵੱਜ ਜਾਂਦਾ ਉਹਨਾਂ ਨੂੰ ਘਰੋਂ ਪੈਸੇ ਮੰਗਾਉਣੇ ਪੈਂਦੇ ਆਪਣੇ ਮਾਪਿਆਂ ਤੋਂ ਤੇ ਬੜਾ ਔਖਾ ਵਾ ਹੁਣ ਉਥੇ ਇੱਕ ਤਾਂ ਰਹਿਸ਼ ਦੀ ਪ੍ਰੋਬਲਮ ਬਹੁਤ ਹੋ ਗਈ ਆ ਲੋਕਾਂ ਨੂੰ ਕਿਰਾਏ ਤੇ ਘਰ ਨਹੀਂ ਮਿਲਦੇ ਭਏ ਤੇ ਬਹੁਤ ਮਹਿੰਗਾ ਹੋ ਗਿਆ ਹਾਂ ਰੈਂਟ ਵੀ ਜਿਆਦਾ ਹੋ ਗਿਆ ਬੱਚਿਆਂ ਲਈ ਅਫੋਰਡ ਕਰਨਾ ਬਹੁਤ ਔਖਾ ਹਾਂ ਥੋੜੀਆਂ ਕਾਮਨ ਮਿਸਟੇਕਸ ਆਪਾਂ ਜੇ ਕਹੇ ਕਾਮਨ ਪ੍ਰੋਬਲਮਸ ਦੀ ਗੱਲ ਕਰ ਲਈਏ ਕੈਨੇਡਾ ਵਿੱਚ ਜੋ ਆਈ ਥਿੰਕ ਪੰਜਾਬੀ ਕੌਜ਼ ਕਰਦੇ ਆ ਸੋ ਸੱਤ ਮੇਲਾ ਆਪਾਂ ਗੱਲ ਕਰ ਗਏ ਕਿ ਇੱਥੋਂ ਜਦੋਂ ਸੂਰੇ ਜਾਂਦੇ ਉਧਰ ਆਪਾਂ ਦੇਖੇ ਕਿ ਕਈ ਖਬਰਾਂ ਵੀ ਹੁੰਦੀਆਂ ਇੰਸਟਾਗ੍ਰam ਤੇ ਵੀਡੀਓ ਜਾਂਦੀਆਂ ਕਿ ਉਹ ਖੱਪ ਬਹੁਤ ਕਰਦੇ ਆ ਕਈ 3-4 ਜਾਣੇ ਗੱਡੀਆਂ 'ਚ ਬਹਿ ਕੇ ਕੁਝ ਮਿਊਜ਼ਿਕ ਲਾਊਡ ਲਾ ਕੇ ਜਾਂ ਫਿਰ ਉਹਦਾ ਚੀਕ ਝਾੜਾ ਜਿੱਦਾਂ ਆਪਣੇ ਪੰਜਾਬ 'ਚ ਖੱਪ ਕਰਦੇ ਉਹਦੇ ਹੀ ਕਰਦੇ ਜਿਸ ਦਾ ਕਰਕੇ ਪੰਜਾਬੀਆਂ ਦਾ ਨਾਮ ਵੀ ਖਰਾਬ ਹੁੰਦਾ ਮਤਲਬ ਤੁਸੀਂ ਤਾਂ ਕੈਨੇਡਾ ਇੰਨੇ ਸਾਲਾਂ ਤੋਂ ਰਹਿ ਰਹੇ ਹੋ ਤੇ ਤੁਸੀਂ ਮਤਲਬ ਇਹ ਕੇਸ ਹੁੰਦੇ ਦੇਖੇ ਹੋ ਤੇ ਜਦੋਂ ਬੱਚੇ ਆਪਣੇ ਪੰਜਾਬੀ ਖੱਪ ਕਰਦੇ ਹਾਂ ਮੈਂ ਤਾਂ ਇਹੋ ਜਿਹੇ ਕੇਸ ਬਹੁਤ ਦੇਖਿਆ ਤੇ ਉੱਥੇ ਮੈਂ ਦੇਖਿਆ ਵਾ ਬੱਚੇ ਬਹੁਤ ਖੱਪਉਂਦੇ ਆ ਬੱਸਾਂ ਦੇ ਵਿੱਚ ਵੀ ਚੀਕਾਂ ਮਾਰਦੇ ਆ ਕਦੇ ਇੱਕ ਦੂਸੇ ਨੂੰ ਛੇੜਦੇ ਕੋਸ਼ ਕਰਦੇ ਤੇ ਇੱਕ ਮੈਂ ਦੇਖਿਆ ਕੋਈ ਗੱਡੀ ਆਉਂਦੀ ਪਈ ਸੀ ਉਥੇ ਟ੍ਰੇਨ ਤੇ ਉਹਦੇ ਨਾਲ ਹੀ ਇੱਕ ਫੈਂਸ ਬਣੀ ਹੋਈ ਸੀ ਉਹਦੇ ਉੱਤੇ ਕੁੜੀਆਂ ਮੁੰਡੇ ਚੜ੍ਹ ਕੇ ਚੀਕਾਂ ਮਾਰੀ ਜਾਂਨ ਤੇ ਮੈਂ ਕਿਹਾ ਵੀ ਇਹ ਇੰਡੀਆ ਨਹੀਂਗਾ ਕੈਨੇਡਾ ਵਾ ਹੁਣ ਆਪਾਂ ਕੈਨੇਡਾ ਆ ਗਏ ਆ ਤੇ ਆਪਾਂ ਚੰਗਾ ਸਿਸਟਮ ਸਿੱਖਣਾ ਚਾਹੀਦਾ ਇਥੋਂ ਤੇ ਪਰ ਮੈਂ ਉਹ ਹੁਣ ਜਾਣਦਾ ਵੀ ਨਹੀਂ ਕਿਹੜੇ ਬੱਚੇ ਸੀਗੇ ਪਰ ਮੈਂ ਇਹ ਦੇਖਿਆ ਹੁੱਲੜਬਾਜੀ ਕਰਦੇ ਇਹ ਸਾਡੇ ਘਰ ਦੇ ਕੋਲ ਇੱਕ ਰੈਸਟੋਰੈਂਟ ਸੀ ਉੱਥੇ ਰਾਤ ਨੂੰ 12 1 ਵਜੇ ਤੱਕ ਉਹਨਾਂ ਨੇ ਖਾਣਾ ਖਾਣਾ ਉਹਨਾਂ ਨੇ ਚੀਕਾ ਮਾਰਨੀ ਆ ਸ਼ਰਾਬ ਪੀਣੀ ਤੇ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਟਾਇਆ ਵੀ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸਿਕਿਉਰਿਟੀ ਗਾਰਡ ਲਾਤੇ ਤੇ ਫਿਰ ਬੰਦ ਹੋਇਆ ਸਿਸਟਮ ਜੇ ਉਹ ਗਵਰਨਮੈਂਟ ਕੰਦੀ ਵੀ ਤੁਸੀਂ ਆ ਫਾਇਰ ਵਰਕਸ ਨਹੀਂ ਚਲਾਉਣੀ ਆ ਦਿਵਾਲੀ ਤੇ ਨਹੀਂ ਚਲਾਉਣਾ ਇਹ ਤਾਂ ਵੀ ਨਹੀਂ ਹਟਦੇ ਦੇ ਉਸ ਵੀਰ ਨੂੰ ਅੱਗੇ ਚੈੱਕ ਕਰਦੇ ਵੀ ਕਿੱਥੇ ਪਟਾਕਿਆਂ ਦਾ ਸਮਾਨ ਡਿੱਗਾ ਪਿਆ ਵਾ ਰਫਿਊਜ਼ ਡਿੱਗਾ ਪਿਆ ਫੇ ਉਹਨਾਂ ਨੂੰ ਫਾਈਨ 온 ਦਾ ਫੇ ਹਟਦੇ ਆ ਤੇ ਇਥੋਂ ਜਿਹੜੇ ਮੁੰਡੇ ਜਾਂਦੇ ਆ ਉਹ ਹੁਣ ਹੁੰਦੇ ਪਲੱਸ 2 ਆ ਇੰਨੇ ਰਿਸਪੌਂਸੀਬਲ ਹੁੰਦੇ ਨਹੀਂ ਉਹ ਜਾ ਕੇ ਜਦੋਂ ਡਰਾਈਵਿੰਗ ਲਾਇਸੈਂਸ ਲੈ ਲੈਂਦੇ ਆ ਤੇ ਗੱਡੀਆਂ ਵੈਸਟ ਲਾਉਂਦੇ ਆ ਫੇ ਇੱਕ ਦੂਸਰੇ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਕਰਦੇ ਆ ਉਥੇ ਇਹ ਸਿਸਟਮ ਨਹੀਂ ਚੱਲਦਾ ਪਰ ਹਟਦੇ ਨੇ ਇੱਕ ਵਾਰੀ ਸਾਡੇ ਘਰ ਦੇ ਮੋਹਰੇ ਇੱਕ ਸਟੂਡੈਂਟ ਨੇ ਆ ਕੇ ਗੱਡੀ ਲਾਤੀ ਤੇ ਉਹ ਡਰਾਈਵਵੇ ਦੇ ਮੋਹਰੇ ਉਹਨੇ ਲਾਈ ਮੈਂ ਉਹਨੂੰ ਕਿਹਾ ਬੇਟਾ ਵੀ ਥੋੜੀ ਗੱਡੀ ਅੱਗੇ ਪਿੱਛੇ ਲਾ ਮੈਂ ਗੱਡੀ ਕੱਢਨੀ ਆ ਇਹਦਾ ਮੁਸ਼ਕਲ ਹੁੰਦਾ ਜੇ ਮੈਂ ਬੈਕ ਕਰਦਾ ਤੇ ਤੇਰੀ ਗੱਡੀ ਚ ਗੱਡੀ ਮੇ ਵਜਦੀ ਆ ਜੇ ਮੈਂ ਥੋੜੀ ਨੇੜਿਓਂ ਮੋੜਦਾ ਵਾਂ ਤੇ ਮੇਰਾ ਬੰਪਰ ਸਨੋਚ ਵੱਜ ਕੇ ਟੁੱਟਦਾ ਵਾ ਮੈਨੂੰ ਉਹਨੇ ਬਹੁਤ ਉੱਠਾ ਬੋਲਿਆ ਮੈਨੂੰ ਕਹਿੰਦਾ ਤੇਰੀ ਦਾੜ੍ਹੀ ਇੰਨੀ ਚਿੱਟੀ ਹੋ ਗਈ ਆ ਤੇ ਤੂੰ ਅਜੇ ਤੱਕ ਗੱਡੀ ਕੱਢਣੀ ਨਹੀਂ ਆ ਲੈ ਦੱਸ ਤੇ ਇਹ ਥੋਂ ਦੇ ਸਟੂਡੈਂਟਸ ਦਾ ਕੰਮ ਹੈਗਾ ਵਾ ਤੇ ਮੈਂ ਇਹੀ ਚਾਹੂੰਗਾ ਵੀ ਤੁਸੀਂ ਸਾਡੇ ਬੱਚੇ ਆ ਬੱਚਿਆਂ ਨੂੰ ਰਿਸਪੈਕਟ ਕਰੋ ਤੇ ਰਿਸਪੈਕਟ ਲਓ ਰਿਸਪੈਕਟ ਤੇ ਪਹਿਲੀ ਚੀਜ਼ ਆ ਜੋ ਆਪਣੇ ਅੰਦਰ ਸੋਧਣੀ ਚਾਹੀਦੀ ਹੈ ਟੂ ਟੇਕ ਰਿਸਪੈਕਟ ਨਾਏ ਆਪਾਂ ਇੰਨੇ ਚੰਗੇ ਕੰਟਰੀ ਜਾ ਕੇ ਜੋ ਚੰਗੀਆਂ ਆਪਾਂ ਆਤਮ ਸਿੱਖੀਆਂ ਤੇ ਚੰਗਾ ਆਪਣੇ ਆਪ ਨੂੰ ਨਾ ਢਾਲਿਆ ਤੇ ਫਿਰ ਸਕਸੈਸਫੁਲ ਹੋਣਾ ਮੁਸ਼ਕਲ ਆ ਸੋ ਸਾਡਾ ਤਾਂ ਐਜ਼ ਟੀਚਰ ਇਹੀ ਬੰਦੀ ਡਿਊਟੀ ਵੀ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ ਉਹਨਾਂ ਨੂੰ ਚੰਗਾ ਸਿਖਾਈਏ ਹਮੇਸ਼ਾ ਤੇ ਸਾਡੀ ਡਿਊਟੀ ਇਹ ਆ ਵੀ ਬੱਚੇ ਦਾ ਹੱਥ ਫੜਨਾ ਉਹਦੇ ਨਾਲ ਚੱਲਣਾ ਉਹਨੂੰ ਮੰਜ਼ਿਲ ਤੇ ਪਹੁੰਚਾਉਣਾ ਪਰ ਜੇ ਕੋਈ ਬੱਚਾ ਹੱਥ ਛਡਾ ਕੇ ਆਪ ਹੀ ਖੂਚ ਡਿੱਗਣਾ ਜਾਵੇ ਤੇ ਫੇਰ ਉਹਨੂੰ ਕੋਸ਼ਿਸ਼ ਤਾਂ ਕਰੀਦੀ ਵੀ ਇਹ ਨਾ ਡਿੱਗੇ ਪਰ ਜੇ ਡਿੱਗਦਾ ਤੇ ਉਹ ਬਾਕੀ ਉਹਦੀ ਕਿਸਮਤ ਤੇ ਡਿਪੈਂਡ ਕਰਦਾ ਹਣਾ ਹੇlo ਇੱਕ ਹੁਣ ਇਹ ਵੀ ਬਹੁਤ ਕਾਮਨ ਚੀਜ਼ ਹੈ ਜੋ ਆਪਣੇ ਚੱਲ ਰਹੀ ਹੈ ਖਬਰਾਂ ਰੋ ਡੇਲੀ ਆਉਂਦੀ ਹੈ ਕਿ ਉੱਧਰ ਸਟੋਰੀਜ਼ ਨੂੰ ਹਾਰਟ ਅਟੈਕ ਹੋ ਜਾਂਦੇ ਆਪਣੇ ਇੰਡੀਅਨ ਜਿਹੜੇ ਹੁੰਦੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਤੇ ਜੇ ਸੱਚਾਈ ਹੈ ਕੀ ਰੀਜ਼ਨਸ ਕੀ ਹੈ ਤੁਸੀਂ ਆਪਣੀ ਅੱਖੀਂ ਦੇਖਿਆ ਗੱਲਾਂ ਦੇ ਦੱਸੋ ਮੈਂ ਅੱਖੀਂ ਤਾਂ ਨਹੀਂ ਕੋਈ ਹਾਰਟ ਅਟੈਕ ਹੁੰਦਾ ਬੱਚੇ ਨੂੰ ਉੱਥੇ ਦੇਖਿਆ ਪਰ ਮੈਂ ਇਹ ਦੇਖਿਆ ਅਖਬਾਰਾਂ 'ਚ ਖਬਰਾਂ ਪੜ੍ਹਦਾ ਹਾਂ ਵੀ ਉਹ ਹੀ ਕੋਈ ਨਾ ਕੋਈ ਬੱਚਾ ਹਾਰਟ ਅਟੈਕ ਨਾਲ ਮਰਦਾ ਵਾ ਇਹ ਹੁਣ ਮੈਨੂੰ ਇਹਦੇ ਬਾਰੇ ਬਹੁਤਾ ਰੀਜ਼ਨ ਨਹੀਂ ਪਤਾ ਕਈ ਤਾਂ ਬੱਚੇ ਉੱਥੇ ਜਾ ਕੇ ਨਸ਼ੇ ਤੇ ਲੱਗ ਜਾਂਦੇ ਇਹ ਮੈਂ ਅਖਬਾਰਾਂ 'ਚ ਹੀ ਪੜਿਆ ਵਾ ਤੇ ਦੂਸਰਾ ਕਈਆਂ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਵਾ ਉਹਨਾਂ ਨੇ ਮਾਂ ਪਿਓ ਨੇ ਇੰਨੇ ਪੈਸੇ ਲਾ ਕੇ ਉਹਨਾਂ ਨੂੰ ਭੇਜਿਆ ਵਾ ਹੁਣ ਉਹਨਾਂ ਨੂੰ ਉਥੇ ਜੋਬ ਨਹੀਂ ਮਿਲਦੀ ਉਹ ਆਪਣੀ ਫੀਸਾਂ ਆਪ ਨਹੀਂ ਕਮਾ ਸਕਦੇ ਉਹਨਾਂ ਨੂੰ ਬਾਅਦ-ਬਾਅ ਆਪਣੇ ਘਰ ਦੇਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਤੇ ਘਰ ਦੇ ਪੈਸੇ ਭੇਜ ਨਹੀਂ ਸਕਦੇ ਉਹ ਵਾਪਸ ਆ ਨਹੀਂ ਸਕਦੇ ਬੱਚੇ ਜੇ ਆਉਣਾ ਵੀ ਚਾਹੁੰਦੇ ਤੇ ਘਰ ਦੇ ਚਾਹੁੰਦੇ ਨਹੀਂ ਵੀ ਤੂੰ ਵਾਪਸ ਆ ਉਹ ਕਹਿੰਦੇ ਤੂੰ ਇੱਥੇ ਰਹਿ ਕੇ ਕੈਨੇਡਾ ਗਿਆ ਵਾ ਵਧੀਆ ਕੰਟਰੀ ਆ ਪੱਕਾ ਹੋ ਜਾਊਗਾ ਤੇ ਕਈ ਹੋਈ ਅੰਡਰ ਪ੍ਰੈਸ਼ਰ ਹੀ ਉਹਨਾਂ ਤੇ ਇੰਨਾ ਬਲੱਡ ਪ੍ਰੈਸ਼ਰ ਉਹਨਾਂ ਵੱਜ ਜਾਂਦਾ ਵਾ ਤੇ ਮੈਂਟਲ ਸਟ੍ਰੋਕ ਹੋਣਾ ਹੋ ਜਾਂਦਾ ਬ੍ਰੇਨ ਤੇ ਜਾਂ ਹਾਰਟ ਅਟੈਕ ਹੋ ਜਾਂਦਾ ਤੇ ਆਪਾਂ ਨੂੰ ਹਾਂਜੀ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਇਦਾਂ ਹੋਵੇ ਨਾ ਕਿਉਂਕਿ ਸਾਡੇ ਬੱਚੇ ਆ ਸਾਡੀ ਪੂੰਜੀ ਆ ਵੀ ਲਿਵ ਫॉर ਚਿਲड्रन ਮੈਂ ਆ ਤੇ ਮਾਡੂ ਐਜ਼ ਅ ਟੀਚਰ ਆ ਵੀ ਆਈ ਲਿਵ ਫॉर ਚਿਲड्रन ਜੇ ਬੱਚੇ ਆ ਤਾਂ ਮੈਂ ਟੀਚਰ ਆ ਜੇ ਬੱਚੇ ਨਹੀਂ ਤਾਂ ਟੀਚਰ ਨਹੀਂ ਅਸੀਂ ਸਕੂਲ ਦੀ ਕੰਧਾਂ ਤੋਂ ਪੜਾਉਣਾ ਵਾ ਜੇ ਬੱਚੇ ਸਕੂਲ ਚ ਜਾਊਗੇ ਪੜਾਵਾਂਗੇ ਤੇ ਬੱਚੇ ਜੀਂਦੇ ਰਹਿਊਗੇ ਤੇ ਆਊਗੇ ਅਸੀਂ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਹਮੇਸ਼ਾ ਸਲਾਮਤ ਹੋਣ ਇਹ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਤੇ ਹਮੇਸ਼ਾ ਕਾਮਯਾਬ ਹੋਣ ਚਲੋ ਕਈ ਰੀਜ਼ਨਸ ਮਤਲਬ ਸਾਨੂੰ ਸੁਣਨ ਨੂੰ ਮਿਲਦੇ ਇੱਥੇ ਸਾਨੂੰ ਚਲੋ ਬੈਠਿਆਂ ਨੂੰ ਪਤਾ ਨਹੀਂ ਇੱਥੇ ਬਟ ਜੋ ਵੀ ਸੁਣਦੇ ਕਿ ਕਈ ਕਹਿੰਦੇ ਡਰੱਗਸ ਲੈਣ ਲੱਪ ਜਾਂਦੇ ਸਟੂਡੈਂਟਸ ਬਹੁਤ ਜ਼ਿਆਦਾ ਉੱਧਰ ਜਾ ਕੇ ਤੇ ਕਈ ਕਹਿੰਦੇ ਕਿ ਖਾਣ ਪੀਣੇ ਇਦਾਂ ਦਾ ਇੰਦਾਂ ਦਾ ਪੀਜ਼ਾ ਵਗੈਰਾ ਚੀਜ਼ ਵਗੈਰਾ ਇਦਾਂ ਦੀਆਂ ਚੀਜ਼ਾਂ ਜੋ ਸਿਹਤ ਲਈ ਨਹੀਂ ਅੱਛੀਆਂ ਹੁੰਦੀਆਂ ਫੇਰ ਵਿਤੀਸ ਜਿੰਦੇ ਕਿ ਹੈਲਦੀ ਖਾਂਦੇ ਨਹੀਂ ਬਟ ਕੰਮ ਆਪਣੀ ਬਾਡੀ ਤੋਂ ਜ਼ਿਆਦਾ ਲੈਂਦੇ ਆ 16 16 ਘੰਟੇ ਦੀ ਸ਼ਿਫਟ ਲਾਂਦੇ ਕੇ ਸਟੂਡੈਂਟਸ ਉੱਧਰ ਉੱਧਰ ਵੀ ਆ ਗਏ ਉਹ ਤਾਂ ਲਾਉਣੀਆਂ ਪੈਂਦੀਆਂ ਸ਼ਿਫਟਾਂ ਜੀ ਮੈਂ ਵੀ ਜਦੋਂ ਗਿਆ ਸੀ ਤਾਂ ਮੈਂ ਵੀ ਬਹੁਤ ਸ਼ਿਫਟਾਂ ਲਾਈਆਂ ਮੈਂ ਟੀਚਿੰਗ ਦੇ ਨਾਲ ਨਾਲ ਮੈਂ 7 11 ਤੇ ਵੀ ਕੰਮ ਕਰਦਾ ਰਿਹਾ ਮੈਂ 8:30 ਤੋਂ 3:30 ਵਜੇ ਤੱਕ ਸਕੂਲ ਜਾਂਦਾ ਸੀਗਾ ਉਸ ਤੋਂ ਬਾਅਦ ਮੈਂ ਮੰਡੇ ਤੋਂ ਥਰਸਡੇ 4:00 ਤੋਂ 10:00 ਨਾਈਟ ਮੈਂ ਕੰਮ ਕਰਦਾ ਸੀ ਆ 6 ਘੰਟੇ ਹਰ ਹਾਰੂਜ ਮੰਡੇ ਤੋਂ ਥਰਸਡੇ ਤੇ 6-6 ਘੰਟੇ ਚਾਰ ਦਿਨ ਹੋ ਗਏ 24 ਦਿਨ ਲੱਗੇ ਤੇ ਫਰਾਈਡੇ ਨੂੰ ਮੈਂ ਆਫਟਰ ਸਕੂਲ ਆ ਕੇ ਘਰੇ ਸੌਂ ਜਾਂਦਾ ਸੀ ਤੇ ਸੌਣ ਤੋਂ ਬਾਅਦ ਫਿਰ ਮੈਂ ਰਾਤ ਨੂੰ 10 ਤੋਂ 6 ਵਜੇ ਤੱਕ ਨਾਈਟ ਕਰਦਾ ਸੀ 7 11 ਤੇ 8 ਘੰਟੇ ਉਹ ਲਾਉਣੇ ਤੇ ਸੈਚਰਡੇ ਨੂੰ ਸਕੂਲ ਹੁੰਦਾ ਉੱਥੇ ਸੈਚਰਡੇ ਸੰਡੇ ਕੋਈ ਸਕੂਲ ਨਹੀਂ ਹੁੰਦਾ ਤੇ ਫਿਰ ਸੈਚਰਡੇ ਫੇਰ ਮੈਂ ਨਾਈਟ ਲਾਉਂਦਾ ਸੀ 7 11 ਤੇ ਤੇ ਵੀਕਐਂਡ ਜਿਹੜੇ ਬਹੁਤ ਬਿਜ਼ੀ ਹੁੰਦੇ ਆ 8-8 ਘੰਟੇ ਖੜੋਣਾ ਪੈਣਾ ਤੇ ਮੇਰੇ ਮੈਨੇਜਰ ਨੇ ਮੈਨੂੰ ਕਹਨਾ ਵੀ ਤੂੰ ਹੋਰ 8 ਘੰਟੇ ਲਾ ਸਕਦਾ ਵਾ ਤੇ ਮੈਂ ਉਹ ਵੀ 8 ਘੰਟੇ ਲਾਉਂਦਾ ਮੈਂ 16 16 ਘੰਟੇ ਕਈ 7-11 ਤੇ ਖੜੋਣਾ ਨਾਲ ਉਹਦੇ ਕਰਕੇ ਆਪਦੇ ਲੱਤਾਂ ਚ ਖੂਨ ਉਤਰ ਜਾਂਦਾ ਸੋਜੇ ਜਾਂਦੀਆਂ ਜਾਂ ਕੁਝ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ ਨਵੇਂ ਜਾਂਦੇ ਆ ਕੈਨੇਡਾ ਦੇ ਵਿੱਚ ਤੁਹਾਨੂੰ ਨਾ ਸੂਈ ਤੋਂ ਲੈ ਕੇ ਸ਼ੁਰੂ ਕਰਨਾ ਬੰਦਰ ਸਾਹਿਬ ਕੋ ਹਾਂਜੀ ਜੀ ਉਹ ਤੋਂ ਸ਼ੁਰੂ ਕਰਨਾ ਜੋ ਬਹੁਤ ਮੁਸ਼ਕਿਲ ਉਹ ਸੂਈ ਤੋਂ ਮਹਿਲ ਬਣਾਉਣਾ ਬਹੁਤ ਮੁਸ਼ਕਿਲ ਬੜੀ ਹਾਰਡਵਰਕ ਕਰਨੀ ਪੈਂਦੀ ਤੁਸੀਂ ਤਾਂ ਬਹੁਤ ਜ਼ਿਆਦਾ ਹਾਰਡਵਰਕ ਕੀਤਾ ਵਾ ਇਨਸਪੀਰੇਸ਼ਨ ਹੋ ਬਹੁਤ ਜ਼ਿਆਦਾ ਸਟੂਡੈਂਟਸ ਲਈ ਜੋ ਵੀ ਕੈਨੇਡਾ ਜਾ ਕੇ ਸਟਰਗਲ ਕਰ ਰਹੇ ਆ ਤੇ ਮੈਂ ਇੱਕ ਹੋਰ ਗੱਲ ਪੁੱਛਣੇ ਕੋ ਚਲੋ ਹੁਣ ਸਾਨੂੰ ਤੁਹਾਡਾ ਐਕਸਪੀਰੀਅੰਸ ਸੁਣਨ ਲੱਗਾ ਕਿ ਕਿੰਨਾ ਜ਼ਿਆਦਾ ਕੰਮ ਕੀਤਾ ਵਾ ਬਹੁਤ ਜ਼ਿਆਦਾ ਜਿੱਦਾਂ ਦੀ ਦੱਸਿਆ ਵਾ ਤੇ ਹੁਣ ਇਹ ਕਾਮਨ ਚੀਜ਼ ਸੁਣਨ ਨੂੰ ਮਿਲਦੀ ਆ ਕਿ ਉਧਰ ਕੰਮ ਨਹੀਂ ਮਿਲਦਾ ਸਟੂਡੈਂਟਸ ਨੂੰ ਲਾਈਨਾਂ 'ਚ ਖੜੇ ਆ ਇਹ ਵੀਡੀਓਜ਼ ਵੀ ਦੇਖੀ ਦੀਆਂ ਇਹਦੇ ਵਿੱਚ ਕਿੰਨੀ ਕਿ ਰਿਅਲਿਟੀ ਆ ਤੇ ਕੰਮ ਕਿਉਂ ਨਹੀਂ ਮਿਲਦਾ ਰੀਜ਼ਨ ਕੀ ਹੈ ਇਹ ਤਾਂ ਹੁਣ ਤੁਹਾਨੂੰ ਪਤਾ ਵੀ ਸਾਰੇ ਵਰਲਡ 'ਚ ਸੈਸ਼ਨ ਆਇਆ ਹੋਇਆ ਵਾ ਅਗਰ ਸੈਸ਼ਨ ਆਉਣ ਦੇ ਨਾਲ ਕੀ ਹੁੰਦਾ ਪਾ ਵੀ ਲੋਕਾਂ ਦੀ ਨਾ ਪਰਚੇਜ਼ਿੰਗ ਪਾਵਰ ਘਟ ਚੁੱਕੀ ਆ ਆਮਦਨ ਉਨੀ ਵਾਧੀ ਨਹੀਂ ਜਿੰਨੇ ਖਰਚੇ ਵਧ ਗਏ ਆ ਆਪਣੀ ਸਪੈਂਡਿੰਗ ਪਾਵਰ ਘਟ ਗਈ ਆ ਆਪਣੇ ਜੇਬਾਂ 'ਚ ਪੈਸਾ ਘਟ ਗਿਆ ਵਾ ਜਦੋਂ ਪੈਸਾ ਘਟ ਗਿਆ ਵਾ ਚੀਜ਼ਾਂ ਦੀ ਡਿਮਾਂਡ ਘਟ ਜਾਂਦੀ ਆ ਜੇ ਡਿਮਾਂਡ ਘਟ ਜਾਂਦੀ ਆ ਤੇ ਉਹ ਸਪਲਾਈ ਜਿਆਦੀ ਹੋਣ ਕਰਕੇ ਪ੍ਰਾਈਸਸ ਘਟਣ ਲੱਗ ਪੈਂਦੀਆਂ ਤੇ बिजनेसमੈਨ ਚਾਹੁੰਦਾ ਵੀ ਮੈਂ ਪ੍ਰੋਫਿਟ ਕਮਾਉਣਾ ਉਹ ਫਿਰ ਸੈਲ ਕਰਨਾ ਬੰਦ ਕਰ ਦਿੰਦਾ ਜਾਂ ਸਟਾਕ ਕਰਨੀਆਂ ਚੀਜ਼ਾਂ ਸ਼ੁਰੂ ਕਰ ਦਿੰਦਾ ਉਹ ਵੇਚਦਾ ਨਹੀਂ ਤੇ ਉਹ ਫਿਰ ਉਹ ਕਿਉਂਕਿ ਉਹ ਲਾਸ ਨਹੀਂ ਨਾ ਚਾਹੁੰਦਾ ਉਹ ਚਾਹੁੰਦਾ ਵਾ ਵੀ ਮੈਂ ਤਾਂ ਪ੍ਰੋਫਿਟ ਹੀ ਲਾਣਾ ਤੇ ਉਹ ਸੈਸ਼ਨ ਹੋ ਜਾਂਦਾ ਕੋਈ ਵੀ ਬੰਦਾ ਲਾਸ ਨਹੀਂ ਕਰਨਾ ਚਾਹੁੰਦਾ ਜੇ ਜਦੋਂ ਫਿਰ ਉਹ ਚੀਜ਼ਾਂ ਨਹੀਂ ਵਿਕਦੀਆਂ ਪ੍ਰੋਡਕਸ਼ਨ ਵੀ ਘਟ ਜਾਂਦੀ ਆ ਸੇਲ ਵੀ ਘਟ ਜਾਂਦੀ ਆ ਫਿਰ ਉਹਨਾਂ ਨੂੰ EMPLOYE ਵੀ ਘਟਾਉਣੇ ਪੈਂਦੇ ਆ EMPLOYE ਘਟੂਗੇ ਤੇ EMPLOYMENT ਆਪਣੇ ਆਪ ਘਟ ਗਈ ਜਿਹਦੇ ਕਰਕੇ ਫਿਰ ਜੌਬਾਂ ਨਹੀਂ ਮਿਲਦੀਆਂ ਇਹ ਇੱਕ 체ਨ ਐ ਬਸ ਜੋ ਇਹ ਇੱਕ 체ਨ ਐ ਸਿਸਟਮ ਚੱਲਦਾ ਜੋ ਉਹਨੂੰ ਕਮਰਸ ਦਾ ਮੈਨ ਕੱਲਾ ਬਿਜ਼ਨਸ ਨਹੀਂ ਕਮਰਸ ਦੇ ਵਿੱਚ ਹੁੰਦਾ ਵਾ ਕੱਚੇ ਮਟੀਰੀਅਲ ਤੋਂ ਲੈ ਕੇ ਪਕਾਉਣਾ ਉਹਨੂੰ ਫਿਰ ਵੇਚਣਾ ਫਾਈਨਲ ਕੰਜ਼ਿਊਮਰ ਤੱਕ ਪਹੁੰਚਾਉਣਾ ਉਹਦੇ ਵਿੱਚ ਜਿੰਨਾ ਵੀ ਪ੍ਰੋਗਰਾਮ ਆਉਂਦੇ ਆ ਜਿੰਨੇ ਵੀ ਸਟੈਪਸ ਆਉਂਦੇ ਆ ਉਹ ਸਾਰੇ ਨਾ ਕਮਰਸ ਦੇ ਵਿੱਚ ਇਨਕਲੂਡਡ ਹੁੰਦੇ ਆ ਉਹਦੇ ਵਿੱਚ ਤੁਸੀਂ ਇਹ ਆਪਣੇ ਖਾਨਾਂ ਦੇ ਵਿੱਚੋਂ ਮਟੀਰੀਅਲ ਕੱਢਣਾ ਮਾਈਨਸ ਦੇ ਵਿੱਚੋਂ ਕੱਚਾ ਮਟੀਰੀਅਲ ਰਾਮਟੀ ਕੱਢਿਆ ਉਹਨਾਂ ਨੂੰ ਫਿਰ ਟਰੱਕਾਂ 'ਚ ਢੋ ਕੇ ਫੈਕਟਰੀਆਂ ਚੱਲ ਜਾਣਾ ਫੈਕਟਰੀਆਂ ਤੋਂ ਜਾ ਕੇ ਉੱਥੇ ਚੀਜ਼ਾਂ ਬਣਾਉਣੀਆਂ ਚੀਜ਼ਾਂ ਬਣਾ ਕੇ ਫਿਰ ਟਰੱਕਾਂ 'ਚ ਲਾਦ ਕੇ ਉਹਨਾਂ ਨੂੰ ਆਪਾਂ ਹੋਲ ਸੇਲਰਜ਼ ਕੋਲ ਭੇਜਣਾ ਹੂਲ ਸੇਲਰਸ ਨੇ ਉਹਨਾਂ ਨੂੰ ਅਗਰ ਟੇਲ ਵਾਲਿਆਂ ਕੋ ਭੇਜਣਾ ਅ ਟੇਲ ਨੇ ਫੇਸ ਸਿਲਜ਼ ਨੇ ਮੈਂਸ਼ਿਪ ਦਿਖਾਉਣੀ ਐਡਵਰਟਾਈਜ਼ਿੰਗ ਕੰਨੀ ਉਹਨਾਂ ਨੇ ਫੇਰ ਫਾਈਨਲ ਕੰਜ਼ਿਊਮਰ ਨੂੰ ਚੀਜ਼ਾਂ ਵੇਚਣੀਆਂ ਇਹ ਸਾਰਾ ਪ੍ਰੋਸੈਸ ਜਿਹੜਾ ਨਾ ਤੇ ਉਹ ਕਮਰਸ ਦੇ ਵਿੱਚ ਇਨਕਲੂਡਰ ਹੈਗਾ ਤੇ ਇੱਕ ਆਪਣੇ ਸਟੂਡੈਂਟਸ ਦੇ ਵੀ ਬਹੁਤ ਵੱਡਾ ਇਸ਼ੂ ਆਂਦਾ ਕਿ ਪਲੱਸ 2 ਕਰਕੇ ਚਿੱਲ ਜਾਂਦੇ ਆ ਉਹਨਾਂ ਕੋਈ ਸਕਿੱਲ ਨਹੀਂ ਹੁੰਦੀ ਤੋ ਕਿਉਂਕਿ ਕੋਈ ਗੁਣ ਹੋਊਗਾ ਤਾਂ ਉਧਰ ਜਾ ਕੇ ਕੰਮ ਕਰੋਗੇ ਤਾਂ ਵਧੀਆ ਜੋਬ ਮਿਲੇਗੀ ਲੇਬਰ ਵੱਜਦੀ ਹੈ ਪਰ ਲੇਬਰ ਵਿੱਚ ਇਹ ਇਸ਼ੂ ਆਉਂਦਾ ਕਿ ਉਹ ਸਿਰਫ 18 19 ਸਾਲ ਦੇ ਹੁੰਦੇ ਆ ਫਿਜ਼ੀਕਲੀ ਵੀ ਇੰਨੇ ਜ਼ਿਆਦਾ ਕੇਪੇਬਲ ਨਹੀਂ ਹੁੰਦੇ ਕਿ ਉਹ ਇੰਨਾ ਜ਼ਿਆਦਾ ਕੰਮ ਕਰ ਸਕਣ ਤੋ ਇਹਨਾਂ ਦੋਵਾਂ ਜਦੋਂ ਇਸ਼ੂ ਨਾ ਸਕਿੱਲ ਹੈਗੀ ਇਨਾਂ ਫਿਜ਼ੀਕਲੀ ਜ਼ਿਆਦਾ ਕੇਪੇਬਲ ਹੈ ਫਿਰ ਉਹ ਜੋ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕਰਦੇ ਆ ਕਈ ਬੱਚੇ ਹੁਣ ਇਦਾਂ ਵੀ ਇਥੋਂ ਸਿਰਫ ਜਦਮ ਜਿਹੜਾ ਕੋਰਸ ਮਿਲਿਆ ਉਹ ਲੈ ਕੇ ਚਲੇ ਜਾਂਦੇ ਆ ਪਰ ਸਾਡੇ ਉਥੇ ਵੋਕੇਸ਼ਨਲ ਕੋਰਸੇਜ਼ ਵੀ ਹੈਗੇ ਆ ਉਹ ਵੋਕੇਸ਼ਨਲ ਕੋਰਸ ਜੇ ਜੁਆਇਨ ਕਰੋਗੇ ਤੇ ਜਿਹੜੇ professions ਦੀ ਲੋੜ ਆ ਨਾ ਕੈਨੇਡਾ ਦੇ ਵਿੱਚ ਉਸ profession ਦੇ ਵਿੱਚ ਜੁਆਇਨ ਕਰ ਸਕਦਾ ਬੰਦਾ ਵੋਕੇਸ਼ਨਲ ਕੋਰਸ ਕਰਕੇ ਸਾਡੇ ਉੱਥੇ ਆਰਟ ਟਾਈਮ ਟੈਕਨੋਲੋਜੀ ਸੈਂਟਰ ਹੈਗੇ ਆ ਵੋਕੇਸ਼ਨਲ ਹਾਈ ਸਕੂਲਸ ਹੈਗੇ ਆ ਉਹਨਾਂ ਵਿੱਚ ਡਿਫਰੈਂਟ ਟ੍ਰੇਡਸ ਸੱਜਦੇ ਆ ਜਿਦਾ ਇਲੈਕਟ੍ਰੀਕਲ ਹੋ ਗਈ ਮਕੈਨਿਕਲ ਹੋ ਗਈ ਸਿਵਲ ਹੋ ਗਈ ਜਾਂ 에ਰੋਪਲੇਨ ਦੀ ਮੇਨਟੇਨੈਂਸ 에ਅਰਕ੍ਰਾਫਟ ਮੇਨਟੇਨੈਂਸ ਹੋ ਗਈ ਜਾਂ ਤੁਸੀਂ ਐਨੀਮੇਸ਼ਨ ਦੇ ਕੋਰਸ ਸੀ ਕਰ ਸਕਦੇ ਆ ਉੱਥੇ ਸਾਰੇ ਕੰਪਿਊਟਰ ਕੋਰਸ ਜਿਹੜਾ ਮਰਜੀ ਇਹੋ ਜਿਹਾ ਤੁਸੀਂ ਵੋਕੇਸ਼ਨਲ ਕੋਰਸ ਜੁਆਇਨ ਕਰਕੇ ਚੰਗੀ ਜੋਬ ਲੈ ਸਕਦੇ ਆ ਉਹ ਫੀਲਡ ਜ ਜਾ ਸਕਦੇ ਨਾਲੇ ਉਥੋਂ ਦੀ এডਿਕੇਸ਼ਨ ਉਥੋਂ ਦਾ ਸਿਸਟਮ ਸਿੱਖ ਕੇ ਤੁਸੀਂ ਆਸਾਨੀ ਨਾਲ ਜੋਬ ਲੈ ਸਕਦੇ ਮੈਂ ਵੀ ਰეკਮੈਂਡ ਕਰ ਸਕਦਾ ਮੈਂ ਵੀ ਆਫਟਰ ਪਲੱਸ 2 ਤੁਸੀਂ ਆਮ ਕੋਰਸ ਨਾਲ ਲੈ ਕੇ ਜਾਓ ਵੋਕੇਸ਼ਨਲ ਕਾਲਜਾਂ ਦੇ ਵਿੱਚ ਜੁਆਇਨ ਕਰੋ ਤੇ ਉਹ ਤੁਹਾਨੂੰ ਵਧੀਆ ਜੋਬ ਮਿਲ ਸਕਦੇ ਅੱਜ ਦਾ ਪਲੰਬਿੰਗ ਦਾ ਕੋਰਸ ਉਥੇ ਉਥੇ ਡਿਗਰੀ ਹੈ ਪਲੰਬਿੰਗ ਦੀ ਡਿਪਲੋਮਾ ਵੀ ਆ ਜੇ ਤੁਸੀਂ वुਡਵਰਕ ਦਾ ਲੈਣਾ ਉਹ ਡਿਪਲੋਮਾ ਕਰ ਸਕਦੇ ਆ ਡਿਗਰੀ ਕਰ ਸਕਦੇ ਆ ਤੁਸੀਂ वुਡਵਰਕ ਦੇ ਟੀਚਰ ਲੱਗ ਸਕਦੇ ਆ ਇੰਡਸਟਰੀਅਲ ਆਰ ਟੀਚਰਸ ਹੁੰਦੇ ਆ ਤੁਸੀਂ ਉਹ ਜੌਬ ਲੈ ਸਕਦੇ ਮਤਲਬ ਸਕੋਪ ਬਹੁਤ ਜ਼ਿਆਦਾ ਹੈ ਬਸ ਬਹੁਤ ਜ਼ਿਆਦਾ ਪਰ ਆਮ ਬੱਚਿਆਂ ਨੂੰ ਇਹਨਾਂ ਨੂੰ ਨੌਲੇਜ ਨਹੀਂ ਸੋ ਇੱਕ ਇਹ ਵੀ ਪੋਸੀਬਲ ਹੈ ਕਿ ਜੇ ਆਪਾਂ ਇਧਰੋਂ ਕੋਈ ਕਾਲਜ ਦਾ ਕੋਰਸ ਲੈ ਕੇ ਜਾਂਦੇ ਆ ਕੈਨੇਡਾ ਪਹੁੰਚਣ ਦਾ ਆਪਾਂ ਚੇਂਜ ਕਰ ਸਕਦੇ ਆ ਚੇਂਜ ਕਰ ਸਕਦੇ ਆ ਪਰ ਉਹਦੇ ਵਿੱਚ ਤੁਹਾਡੀ ਫੀਸ ਡਿਡਕਟ ਹੁੰਦੀ ਹੈ ਕਈ ਵਾਰੀ ਸੋ ਸਵਿਚ ਕਰਦੇ ਆ ਉਹ 25% ਤੁਹਾਡੀ ਫੀਸ ਕੱਟ ਲੈਂਦੇ ਆ ਜਾਂ ਟਲੀਸਟ 10% ਕੱਟਦੇ ਆ ਉਹਦੇ ਨਾਲ ਤੁਹਾਨੂੰ ਘਟਾ ਪੈਣਾ ਜੇ ਤੁਸੀਂ ਅਫੋਰਡ ਕਰ ਸਕਦੇ ਆ ਉਹ ਡਿਡਕਸ਼ਨ ਤਾਂ ਫਿਰ ਤੁਸੀਂ ਚੇਂਜ ਕਰ ਹੀ ਸਕਦੇ ਆ ਮਿਸ ਪੋਸੀਬਲ ਹੈ ਬਟ ਕਾਸਟਲੀ ਹੈ ਸੋ ਇੱਕ ਹੋਰ ਇੰਪੋਰਟੈਂਟ ਜੋ ਟਾਪਿਕ ਮੈਂ ਕਵਰ ਕਰਨਾ ਚਾਹੁੰਗਾ ਇਥੇ ਕਿ ਉਧਰ ਰੈਂਟੋਂ ਲੈ ਕੇ ਬਹੁਤ ਜ਼ਿਆਦਾ ਇਸ਼ੂ ਹੈ ਕਿ ਉਧਰ ਇੱਕ ਤਰ੍ਹਾਂ ਦੇ ਕਹਿੰਦੇ ਮਕਾਨ ਨਹੀਂ ਕਿਰਾਏ ਤੇ ਮਿਲਦੇ ਜੇ ਮਿਲਦੇ ਆ ਤਾਂ ਇੱਕ ਛੋਟੇ ਜਿਹੇ ਬੇਸਮੈਂਟ ਦੇ ਵਿੱਚ 4-5 ਯਾਨੇ ਰਹਿੰਦੇ ਹੁੰਦੇ ਆਪਣੇ ਪੰਜਾਬੀ ਤੇ ਕਿਰਾਇਆ ਲੈਣ ਵਾਲੇ ਵੀ ਜਿਨ੍ਹਾਂ ਨੇ ਘਰ ਬਣਾਏ ਉਹ ਵੀ ਪੰਜਾਬੀ ਹੁੰਦੇ ਆ ਤੇ ਉਹ ਕਿਰਾਇਆ ਬਹੁਤ ਜ਼ਿਆਦਾ ਲੈਂਦੇ ਇੱਕ ਇੱਕ ਬੱਚੇ ਕੋ ਪਰਪਰ ਵੈਂਟੀਲੇਸ਼ਨ ਨਹੀਂ ਹੁੰਦੀ ਉੱਤੇ ਪ੍ਰੋਪਰ ਕਿਚਨ ਵੀ ਨਹੀਂ ਹੁੰਦਾ ਤਾਂ ਬਦਾ ਬੇਸਮੈਂਟ ਚ ਕਿੱਦਾਂ ਗੁਜ਼ਾਰਾ ਕਰਦੇ ਉਹ ਫਿਰ ਉਹਦੇ ਬਾਰੇ ਮਤਲਬ ਕੀ ਸੱਚਾਈ ਹੈ ਜਾਂ ਕੀ ਇਹਦੇ ਬਾਰੇ ਐਕਸਪਲੇਨ ਕਰਿਓ ਮੈਂ ਆਲਰੇਡੀ ਵੀ ਤੁਹਾਨੂੰ ਦੱਸ ਚੁੱਕਾ ਵਾਂ ਵੀ ਬਹੁਤ ਸਾਰੇ ਸਟੂਡੈਂਟਸ ਇੰਡੀਆ ਤੋਂ ਕੈਨੇਡਾ ਚਲੇ ਗਏ ਆ ਉਥੇ ਡਿਮਾਂਡ ਬਹੁਤ ਵਧ ਗਈ ਆ ਘਰਾਂ ਦੀ ਤੇ ਇੱਕ ਵਾਇ ਤੇ ਘਰ ਮਿਲਦੇ ਨਹੀਂ ਮੈਂ ਅੱਗੇ ਦੱਸਿਆ ਵਾ ਜਦੋਂ ਸਪਲਾਈ ਘਟ ਹੋਵੇ ਡਿਮਾਂਡ ਜ਼ਿਆਦਾ ਹੋਵੇ ਤੇ ਪ੍ਰਾਈਸਸ ਵੱਧ ਜਾਂਦੇ ਆ ਜੀ ਡਿਮਾਂਡ ਘਟ ਹੋਵੇ ਸਪਲਾਈ ਜ਼ਿਆਦਾ ਹੋਵੇ ਤਾਂ ਪ੍ਰਾਈਸ ਘਟ ਜਾਂਦੀ ਮੈਂ ਇਕਨੋਮਿਕਸ ਪੜਿਆ ਇਸੇ ਕਰਕੇ ਕਿਉਂਕਿ ਹੁਣ ਸਟੂਡੈਂਟਸ ਇੰਨੇ ਚੱਲ ਗਏ ਆ ਸਾਡੇ ਪੰਜ-ਪੰਜ ਲੱਖ ਸਟੂਡੈਂਟ ਹਰ ਸਾਲ ਜਾਂਦਾ ਉਹ ਲਗਭਗ 5 ਲੱਖ ਹਾਂਜੀ ਉਹਨਾਂ ਦੀ ਇਮੀਗ੍ਰੇਸ਼ਨ ਵਧਾਤੀ ਨਾ ਇਕੱਲੇ ਸਟੂਡੈਂਟ ਇੰਨੇ ਉਹਦੇ ਵਿੱਚ ਪੀਆਰ ਵੀ ਆਉਂਦੇ ਆ ਵਿਜ਼ਟਰ ਵੀ ਆਉਂਦੇ ਆ ਰਹਿਣ ਲਈ ਜਗ੍ਹਾ ਸਾਰਿਆਂ ਨੂੰ ਚਾਹੀਦੀ ਆ ਨਾ ਤੇ ਡਿਮਾਂਡ ਵਧ ਗਈ ਬਹੁਤ ਜ਼ਿਆਦਾ ਤੇ ਹਰ ਬੰਦਾ ਚਾਹੁੰਦਾ ਵੀ ਮੈਂ ਪ੍ਰੋਫਿਟ ਲਵਾਂ ਤੇ ਉਹ ਇਸ ਕਰਕੇ ਉਹਨਾਂ ਨੇ ਕਿਰਾਇਆ ਵਧਾ ਦਿੱਤੇ ਆ ਤੇ ਪਰ ਉਹ ਬੱਚੇ ਕਿਉਂ ਜ਼ਿਆਦਾ ਰਹਿੰਦੇ ਆ ਵੀ ਤਾਂ ਕਿ ਜੇ ਮੰਨ ਲਓ 1200 ਡਾਲਰ ਲੱਗਦਾ ਵਾ ਟੂਟਲ ਰੈਂਟ ਤੇ ਜੇ ਚਾਰ ਜਣੇ ਰਹੂਗੇ ਤਾਂ ਉਹਨੂੰ 3-300 ਡਾਲਰ ਆ ਜਾਊਗਾ ਇਕੱਲਾ ਬੰਦਾ 1200 ਭਰਨਾ ਔਖਾ ਵਣ ਇਸ ਕਰਕੇ ਜਿੰਨੇ ਉਹ ਜ਼ਿਆਦਾ ਹੋ ਜਾਂਦੇ ਆ ਤੇ ਉਹਨੇ ਉਹਨਾਂ ਸਸਤਾ ਪੈਂਦਾ ਪਰ ਅਪਾਰਟਮੈਂਟ ਜੇ ਲੈਨੇ ਆ ਅਪਾਰਟਮੈਂਟ ਚ ਉਹ ਜਿੰਨੀ ਕਪੈਸਿਟੀ ਆ ਜੇ ਟੂ ਬੈਡਰੂਮ ਸੈਟਅਪ ਤੇ ਦੋ ਬੰਦਿਆਂ ਨੂੰ ਰਹਿਣ ਦੇਣਾ ਉਹਨਾਂ ਨੇ ਜਵਾ ਤੋਂ ਬਾਅਦ ਤਿੰਨ ਰਹਿ ਸਕਦੇ ਆ ਤੇ ਜੇ ਤੁਸੀਂ ਘਰ ਲੈ ਲੈਂਦੇ ਆ 20 ਮਿੰਟ ਤਾਂ ਹੀ ਲੈ ਕੇ ਰਹਿੰਦੇ ਵੀ ਉੱਥੇ ਆਪਣੀ ਮਰਜ਼ੀ ਨਾਲ ਤੁਸੀਂ ਬੰਦੇ ਵੱਧ ਤੋਂ ਵੱਧ ਵੜੀ ਜਾਂਦੇ ਆ ਪਰ ਉਹਦੀ ਵੀ ਉਹਨਾਂ ਨੇ ਫਿਰ ਕਪੈਸਿਟੀ ਰੱਖੀ ਆ ਚੈੱਕ ਕਰਦੇ ਆ ਵੀ ਇਸ ਤੋਂ ਵੱਧ ਕਪੈਸਿਟੀ 'ਚ ਬੱਚੇ ਜਾਂ ਬੰਦੇ ਰਹਿ ਨਹੀਂ ਸਕਦੇ ਵੀ ਉਹਨਾਂ ਨੂੰ ਉਹ ਵੀ ਨਹੀਂ ਰਹਿਣ ਦਿੰਦੇ ਹਨ ਤੇ ਤਾਂ ਪ੍ਰਾਈਸਿਜ਼ ਵਧ ਹੀ ਜਾਂਦੀਆਂ ਡਿਮਾਂਡ ਵਧਣ ਕਰਕੇ ਸੋ ਚਲੋ ਆਪਣੇ ਪੋਡਕਾਸਟ ਨੂੰ ਐਂਡ ਕਰਨ ਦਾ ਟਾਈਮ ਆ ਗਿਆ ਤੇ ਐਂਡ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਤੁਸੀਂ ਜਿਹੜੇ ਆਪਣੇ ਸਟੂਡੈਂਟਸ ਜਾ ਰਹੇ ਆ ਇੰਡੀਆ ਕੈਨੇਡਾ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਜਿੰਨੇ ਵੀ ਸਟੂਡੈਂਟ ਇੰਡੀਆ ਤੋਂ ਜਾਂਦੇ ਪਏ ਜਾਂ ਜਿੱਥੋਂ ਵੀ ਫੋਰਨ ਕੰਟਰੀ ਤੋਂ ਕੈਨੇਡਾ ਚ ਆਉਂਦਾ ਆ ਮੈਂ ਸਾਰਿਆਂ ਨੂੰ ਇਹ ਕਹਿਣਾ ਵਾਂ ਵੀ ਉੱਥੇ ਚੰਗੇ ਕੰਟਰੀ ਚ ਆਉਨੇ ਆ ਤੁਸੀਂ ਚੰਗੀਆਂ ਆਦਤਾਂ ਸਿੱਖੋ ਚੰਗਾ ਬਿਹੇਵ ਕਰੋ ਤੇ ਆਪਾਂ ਆਪਣੀ ਹਾਰਡ ਲੈਵਲ ਕਰੋ ਤੇ ਪੜੋ ਤੇ ਕਾਮਯਾਬ ਹੋਵੋ ਤੇ ਆਪਣੀ ਮੰਜ਼ਿਲ ਨੂੰ ਹਾਸਲ ਕਰੋ ਕਿਉਂਕਿ ਹਰ ਕੈਨੇਡਾ ਦੇ ਸਕੂਲ ਚ ਵੀ ਲਿਖਿਆ ਹੋਇਆ ਵਾ ਵਾਚ ਯੂਰ ਵਰਡਸ ਦੇ ਬਿਕਮਸ ਯੂਰ ਥਾਟਸ ਵਾਚ ਯੂਰ ਥਾਟਸ ਦੇ ਬਿਕਮਸ ਯੂਰ ਐਕਸ਼ਨਸ ਵਾਚ ਯੂਰ ਐਕਸ਼ਨਸ ਦੇ ਬਿਕਮਸ ਯੂਰ ਹੈਬਟਸ ਵਾਚ ਯੂਰ ਹੈਬਟਸ ਦੇ ਬਿਕਮਸ ਯੂਰ ਬਿਹੇਵੀਅਰ ਵਾਚ ਯੂਰ ਬਿਹੇਵੀਅਰ ਇਟ ਬਿਕਮਸ ਯੂਰ ਡੈਸਟੀਨੀ ਸੋ ਆਪਾਂ ਆਪਣੀ ਡੈਸਟੀਨੀ ਬਣਾਉਣੀ ਆ ਆਪਣੀ ਕਿਸਮਤ ਨੂੰ ਚਮਕਾਉਣਾ ਵਾ ਆਪਾਂ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਵਾ ਇਸ ਕਰਕੇ ਮੈਂ ਇਹੀ ਚਾਹਾਂਗਾ ਵੀ ਸਾਡੇ ਜੇ ਚੰਗੇ ਪਿਆਰੇ ਬੱਚੇ ਇੰਡੀਆ ਤੋਂ ਜਾਂਦੇ ਆ ਉਹ ਹੋਂਦ ਹਾਲ ਬਣਨ ਚੰਗੀਆਂ ਆਦਤਾਂ ਸਿੱਖਣ ਚੰਗੇ ਕੰਟਰੀ 'ਚ ਚੰਗੇ ਵਾਤਾਵਰਣ ਜਿਹਨ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਥੈਂਕ ਯੂ ਸੋ ਮੱਚ ਸੋ ਇਹ ਬਹੁਤ ਅੱਛਾ ਲੱਗਿਆ ਅੱਜ ਇਹਨਾਂ ਨਾਲ ਗੱਲ ਕਰਕੇ ਸਾਨੂੰ ਇੰਡੀਆ ਦੇ ਬੈਠੇ ਬੈਠੇ ਕੈਨੇਡਾ ਦੀ ਉਹ ਸਾਈਡ ਵੀ ਦੇਖਣ ਨੂੰ ਮਿਲੀ ਜੋ ਸਾਨੂੰ ਸੋਸ਼ਲ ਮੀਡੀਆ ਤੇ ਜੋ ਹੈ ਨਹੀਂ ਮਿਲਦੀ ਕਿਉਂਕਿ ਉੱਥੇ ਹਮੇਸ਼ਾ ਆਲਵੇਜ਼ 네ਗੇਟਿਵ ਹੀ ਦਿਖਾਇਆ ਜਾਂਦਾ ਬਟ ਅੱਜ ਪੋਜ਼ਿਟਿਵ ਸਾਈਡ ਤੇ ਜੋ ਸਾਨੂੰ ਦੂਸਰੀ ਅਦਰ ਸਾਈਡ ਤੋਂ ਵੀ ਪਤਾ ਲੱਗਾ ਕਿ ਕੀ ਜੋ ਰੀਜ਼ਨ ਹੈ ਜਿੰਨੇ ਕਰਕੇ ਕਰਨਾ ਹੁੰਦੀਆਂ ਸੋ ਬਹੁਤ ਬਹੁਤ ਥੈਂਕ ਯੂ ਰਾਈ ਸਾਡੇ ਪੋਡਕਾਸਟ ਵਿੱਚ ਆਨਲੀ ਤੇ ਸਾਨੂੰ ਇੰਨੀਆਂ ਵੈਲ ਐਕਸਪੀਰੀਅੰਸ ਗੱਲਾਂ ਸਰ ਨੂੰ ਦੱਸਣ ਲਈ ਇਹ ਸਾਡਾ ਦਿਲੋਤਨਵਾਦ ਕਰਦੇ ਹਾਂ ਸੋ ਹੌਣ ਬਹੁਤ ਹੀ ਜਲਦ ਹਨਾ ਇੱਕ ਨਵੇਂ ਟਾਪਿਕ ਤੇ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਜੋ ਕਿ ਐਜੂਕੇਸ਼ਨ ਦੇ ਰਿਲੇਟਿਡ ਹੋਵੇਗਾ ਬਹੁਤ ਜਲਦ ਤਾਂ ਥੈਂਕ ਯੂ ਸੋ ਮੱਚ ਫॉर ਵਾਚਿੰਗ ਤੋਂ ਮਿਲਦੇ ਆ ਕੇ ਨਵੇਂ ਪੋਸਟ ਕਰਦੇ ਆਂ ਬਹੁਤ ਹੀ ਹੌਲ ਤੱਕ ਲਈ ਸਸ਼ਕੀਆ ਕਾ ਸਸ਼ਕੀਆ ਕਾ